ਸਵਾਗਤ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੈਂ ਹਣੀਦੂ ਕੰਨੇ ਨੇ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁਮਚਾਣੀਆਂ ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਦਾ ਮਿੱਟੀ 'ਚ ਰਲਾ ਦਿਓ ਤੇ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਜਦੋਂ ਗੱਲ ਕਰਦੇ ਹਾਂ ਅਸੀਂ ਪੰਜਾਬੀ ਦੀ ਜਦੋਂ ਗੱਲ ਕਰਦੇ ਹਾਂ ਅਸੀਂ ਆਪਣੀ ਬੋਲੀ ਦੀ ਇਸ ਨੂੰ ਲੈ ਕੇ ਅਸੀਂ ਕਿੰਨੇ ਕੋ ਸਹਿਰਦਾ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੀ ਭਾਸ਼ਾ ਸਾਡੀ ਬੋਲੀ ਬਦਲਦੀ ਪਈ ਹੈ ਸਮੇਂ ਦੇ ਨਾਲ ਇਹਦੇ ਵਿੱਚ ਕਿੰਨੇ ਦੇ ਵਿੱਚ ਇਹ ਬਦਲਾਵ ਆਉਣਾ ਜ਼ਰੂਰੀ ਹੈ ਕਿ ਜੋ ਸਾਨੂੰ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਜਾਂ ਪੁਰਾਣੇ ਸਮੇਂ ਤੋਂ ਚੱਲਦੀ ਹੋਈ ਸਾਡੀ ਬੋਲੀ ਹੈ ਸਾਡੀ ਭਾਸ਼ਾ ਹੈ ਕੀ ਅਸੀਂ ਉਸ ਨੂੰ ਉਸੇ ਤਰੀਕੇ ਨਾਲ ਸਾਂਭ ਕੇ ਰੱਖਿਆ ਕਿਤੇ ਸਮੇਂ ਦੇ ਨਾਲ ਉਹ ਬਦਲਦੀ ਤਾਂ ਨਹੀਂ ਪਈ ਪਰਿਵਾਰਾਂ ਦੇ ਵਿੱਚ ਬੋਲੀ ਜਾਣ ਵਾਲੀ ਜਿਹੜੀ ਆਮ ਭਾਸ਼ਾ ਹੈ ਸਾਡੀ ਪੰਜਾਬੀ ਬੋਲੀ ਹੈ ਕੀ ਇਹਦੇ ਵਿੱਚ ਕਿਸੇ ਸਮੇਂ ਦੇ ਲੈ ਕੇ ਹੁਣ ਤੱਕ ਕੋਈ ਬਦਲਾਵ ਆਏ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਤੇ ਜੇ ਅਸੀਂ ਅੱਜ ਦੇ ਵਿਸ਼ੇ ਦੀ ਗੱਲਬਾਤ ਕਰਦੇ ਹਾਂ ਤਾਂ ਪਰਿਵਾਰ ਦੀ ਬੋਲੀ ਦੇ ਉੱਤੇ ਬਦਲਦੇ ਸਮੇ ਦਾ ਕਿੰਨਾ ਕੁ ਅਸਰ ਹੈ ਇਸ ਬਾਬਤ ਅੱਜ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਕਹਿੰਦੇ ਨੇ ਕਿ ਜੇ ਤੁਸੀਂ ਆਪਣੀ ਭਾਸ਼ਾ ਨਾਲ ਨਹੀਂ ਨਾ ਜੁੜੇ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਤੋਂ ਆਪਣੇ ਆਪ ਟੁੱਟ ਜਾਂਦੀਆਂ ਨੇ ਸੋ ਭਾਸ਼ਾ ਦੇ ਪ੍ਰਤੀ ਅਸੀਂ ਕਿੰਨੇ ਕੁ ਸਹਿਰਦਾ ਜਿਹੜਾ ਸਮਾਂ ਬਦਲਦਾ ਪਿਆ ਕਿ ਉਹਦੇ ਨਾਲ ਸਾਡੀ ਬੋਲੀ ਦੇ ਉੱਤੇ ਸਾਡੇ ਪਰਿਵਾਰਾਂ ਵਿੱਚ ਬੋਲੀ ਜਾਣ ਵਾਲੀ ਬੋਲੀ ਦੇ ਉੱਤੇ ਵੀ ਕੋਈ ਅਸਰ ਪੈਂਦਾ ਪਿਆ ਇਸ ਸਬ ਦੇ ਬਾਬਤ ਅੱਜ ਗੱਲਬਾਤ ਕਰਨ ਦੇ ਵਾਸਤੇ ਜਿਸ ਕਵਿਤਰੀ ਨੂੰ ਅਸੀਂ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਜਿਨ੍ਹਾਂ ਨੇ ਹੁਣ ਤੱਕ 15 ਕਿਤਾਬਾਂ ਕਵਿਤਾਵਾਂ ਦੀਆਂ ਲਿਖਿਆ ਨੇ ਵਾਰਤਕ ਦੀ ਵੀ ਲਿਖੀ ਹੈ ਉਹ ਨਾਲ-ਨਾਲ ਜਿਹੜੀਆਂ ਕਹਿ ਸਕਦੇ ਹਾਂ ਕਿ ਇੱਕ ਮੈਗਜ਼ੀਨ ਦੇ ਸੰਪਾਦਕ ਦੇ ਤੌਰ ਦੇ ਉੱਤੇ ਵੀ ਇਹ ਕੰਮ ਕਰਦੇ ਪਰ ਨੇ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਅਨੁਵਾਦਿਤ ਕਿਤਾਬਾਂ ਵਿੱਚ ਇਹਨਾਂ ਦੀਆਂ ਬਹੁਤ ਸਾਰੀਆਂ ਪਹੁੰਚੀਆਂ ਨੇ ਜੀ ਸਾਡੇ ਕੋਲ ਸੋ ਗੱਲ ਕਰਾਂਗੇ ਅੱਜ ਅਸੀਂ ਰਿਟਾਇਰਡ ਪ੍ਰਿੰਸੀਪਲ ਅਰਤਿੰਦਰ ਸੰਧੂ ਜੀ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਨਾਮ ਤੁਹਾਡਾ ਸਟੂਡੀਓ ਦਾ ਸ਼ੁਕਰੀਆ ਨਹੀਂ ਤੁਜੀ ਸ਼ੁਕਰੀਆ ਸੰਤਾ ਜੀ ਅੱਜ ਵਿਸ਼ਾ ਚਣਵਾ ਹੈ ਨਾ ਖਾਸਾ ਹਤੇ ਸਾਡੀ ਬੋਲੀ ਨੂੰ ਲੈ ਕੇ ਆ ਸਾਡੀ ਭਾਸ਼ਾ ਨੂੰ ਲੈ ਕੇ ਆ ਅਸੀਂ ਬੜੀਆਂ ਬੜੀਆਂ ਗੱਲਾਂ ਕਰਦੇ ਆ ਕਿ ਅਸੀਂ ਆਪਣੀ ਬੋਲੀ ਨੂੰ ਨਹੀਂ ਵਿਸਾਰਨਾ ਅਸੀਂ ਆਪਣੀ ਬੋਲੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾ ਚੁੱਕੇ ਹਾਂ ਜੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਇਸ ਵੇਲੇ ਫੈਲ ਚੁੱਕੇ ਨੇ ਪਹੁੰਚ ਚੁੱਕੇ ਨੇ ਸਾਡੀ ਪੰਜਾਬੀ ਭਾਸ਼ਾ ਪਹੁੰਚ ਚੁੱਕੀ ਹੈ ਪਰ ਜਦੋਂ ਅਸੀਂ ਪਹਿਲੀ ਇਕਾਈ ਦੀ ਗੱਲ ਕਰਦੇ ਆ ਯਾਨੀ ਕਿ ਆਪਣੇ ਪਰਿਵਾਰਕ ਇਕਾਈ ਦੀ ਗੱਲ ਕਰਦੇ ਆ ਦਾ ਪਰਿਵਾਰ ਦੀ ਬੋਲੀ ਦੇ ਉੱਤੇ ਅੱਜ ਦੇ ਸਮੇਂ ਦਾ ਬਹੁਤ ਸਾਰਾ ਪ੍ਰਭਾਵ ਜਿਹੜਾ ਵੈ ਪੈਂਦਾ ਪਿਆ ਬਦਲਦੀ ਪਈ ਹੈ ਸੋ ਭਾਸ਼ਾ ਕੀ ਸਮੇਂ ਦੇ ਨਾਲ ਨਾਲ ਵਾਕਈ ਬਦਲਦੀ ਹੈ ਜਾਂ ਜਿਹੜੇ ਲੋਕ ਨੇ ਜਾਂ ਸਮਾਜ ਆ ਉਹ ਬਦਲ ਕਰ ਦਿੰਦਾ ਨੀਤੂ ਜੀ ਅਸਲ ਵਿੱਚ ਇਹ ਇੱਕ ਵੱਡਾ ਫੈਕਟਰ ਹੈ ਕਿ ਜਿਉਂ ਦੀ ਭਾਸ਼ਾ ਜਿਹੜੀ ਹੈ ਉਹ ਬਦਲਦੀ ਹੀ ਹੈ ਉਹ ਭਾਸ਼ਾ ਨਹੀਂ ਬਦਲਦੀ ਜਿਹੜੀ ਡੈੱਡ ਹੋ ਚੁੱਕੀ ਹੈ ਜਿਸ ਤਰ੍ਹਾਂ ਮੈਂ ਇੱਕ ਛੋਟੀ ਜੀ ਉਦਾਹਰਣ ਦਿੰਨੀ ਹੈ ਕਿ ਜਦੋਂ ਇਸ ਵੇਲੇ ਨੋਮਨਕਲੇਚਰ ਕਰਨਾ ਸੀ ਜਦੋਂ ਜਾਨਵਰਾਂ ਦੇ ਤੇ ਪੰਛੀਆਂ ਦੇ ਸਾਇੰਟਿਫਿਕ ਨਾਮ ਲਿਖਣੇ ਮਤਲਬ ਸੈੱਟ ਕਰਨੇ ਸੀ ਉਹਨੂੰ ਸੋਚਿਆ ਗਿਆ ਕਿ ਕਿਹੜੀ ਭਾਸ਼ਾ ਵਿੱਚ ਹੋਣ ਕਿਉਂਕਿ ਭਾਸ਼ਾਵਾਂ ਬਦਲਦੀਆਂ ਫਿਰ ਉਹਨੂੰ ਰੋਮਨ ਜਿਹੜੀ ਡੈੱਡ ਭਾਸ਼ਾ ਉਹਦੇ ਵਿੱਚ ਉਹਨੂੰ ਚੁਣਿਆ ਗਿਆ ਕਿ ਉਹ ਹੁਣ ਬਦਲ ਨਹੀਂ ਨਹੀਂ ਉਹ ਡੈੱਡ ਹੋ ਚੁੱਕੀ ਉਹ ਨਾਮ ਕਦੇ ਨਹੀਂ ਬਦਲਣਗੇ ਉਹ ਹਮੇਸ਼ਾ ਰਹਿਣਗੇ ਪਰ ਸਾਡੀ ਪੰਜਾਬੀ ਕਿਉਂਕਿ ਇਹ ਜਿਉਂਦੀ ਜਾਗਦੀ ਭਾਸ਼ਾ ਹੈ ਤੇ ਅਸੀਂ ਚਾਹੁੰਨੇ ਕਿ ਹਮੇਸ਼ਾ ਜਿਉਂਦੀ ਜਾਗਦੀ ਰਹੇ ਤਾਂ ਜੇ ਇਹਦੇ ਤੋਂ ਪਿੱਛੇ ਜਾਈਏ ਤੇ ਬਦਲਨ ਦੀ ਗੱਲ ਜਿੱਥੋਂ ਤੱਕ ਕਰਦੇ ਆ ਕਿ ਇਹ ਜਿਉਂਦੀ ਭਾਸ਼ਾ ਹੋਣ ਕਰਕੇ ਹਮੇਸ਼ਾ ਬਦਲਦੀ ਹੀ ਰਹੀ ਹੈ ਜੀ ਜਦੋਂ ਅਸੀਂ ਗੱਲ ਕਰਦੇ ਆ ਰਿਗਵੇਦ ਦੀ ਪੰਜਾਬ ਵਿੱਚ ਰਿਗਵੇਦ ਹਜ਼ਾਰਾਂ ਸਾਲ ਪਹਿਲਾਂ ਰਚਿਆ ਗਿਆ ਜੀ ਤਾਂ ਸੰਸਕ੍ਰਿਤ ਜਿਹਰੇ ਵਿੱਚ ਰਚਿਆ ਗਿਆ ਉਸ ਵੇਲੇ ਦੀ ਉਹ ਉਸ ਸੰਕਾਲ ਦੀ ਪੰਜਾਬੀ ਸੀ ਜੀ ਸੰਸਕ੍ਰਿਤ ਉਸ ਪੰਜਾਬ ਦੀ ਉਹ ਪੰਜਾਬੀ ਸੀ ਪਰ ਉਹਦਾ ਰੂਪ ਬਦਲਦਾ ਗਿਆ ਪੰਜਾਬ ਤੇ ਬਹੁਤ ਸਾਰੇ ਹਮਲੇ ਹੁੰਦੇ ਰਹੇ ਜਿਹੜੇ ਲੋਕ ਬਾਹਰੋਂ ਆਉਂਦੇ ਰਹੇ ਉਹ ਇੱਥੇ ਹੀ ਵਸ ਜਾਂਦੇ ਰਹੇ ਤੇ ਕੁਝ ਇਹਨਾਂ ਉਹਨਾਂ ਨੇ ਕੁਝ ਸ਼ਬਦ ਸਾਡੇ ਲੈ ਕੁਝ ਸਾਡੇ ਲੋਕਾਂ ਨੇ ਲੈ ਭਾਸ਼ਾਵਾਂ ਦੇ ਵਿੱਚ ਰਲੇਮੁਲ ਹੁੰਦਿਆ ਤੇ ਭਾਸ਼ਾ ਬਦਲਦੀ ਰਹੀ ਜਿਉਂਦੀ ਰਹੀ ਇਸ ਕਰਕੇ ਭਾਸ਼ਾ ਜਿਉਂ ਬਦਲਦੀ ਹੈ ਹੁਣੇ ਬਦਲਦੀ ਪਰ ਇਹ ਵਰਤਾਰਾ ਹੁਣ ਕੁਝ ਹੀ ਦਹਾਕਿਆਂ ਤੋਂ ਜੀ ਬਹੁਤ ਤੇਜ਼ ਹੋ ਗਿਆ ਮੈਂ ਆਪਣੇ ਬਚਪਨ ਦੀ ਗੱਲ ਸੋਚਾਂ ਤਾਂ ਜਦੋਂ ਅਸੀਂ ਪੜ੍ਹਦੇ ਸੀ ਸਾਡੀਆਂ ਕਿਤਾਬਾਂ ਦੇ ਵਿੱਚ ਕੁਝ ਸ਼ਬਦ ਹੁੰਦੇ ਸਨ ਤਤਾ ਰਾਮ ਅਤੇ ਸ਼ਾਮ ਜੀ ਅਰ ਸੀਤਾ ਅਰ ਗੀਤਾ ਅਰਸ਼ਬਦ ਤੇ ਤਥਾ ਸ਼ਬਦ ਸਾਡੀਆਂ ਪ੍ਰਾਇਮਰੀਆਂ ਕਿਤਾਬਾਂ ਵਿੱਚ ਸੀ ਇਹ ਨਹੀਂ ਹੈ ਹੌਲੀ-ਹੌਲੀ ਉਹ ਵਰਤੇ ਗਏ ਉਹ ਵੱਖਰੀ ਗੱਲ ਹੈ ਕਿ ਜਦੋਂ ਵਿਦਵਾਨਾਂ ਨੇ ਸੁਧਾਰ ਪੰਜਾਬੀ ਵਿਆਸ਼ਾ ਵਿੱਚ ਕੀਤਾ ਕਿ ਜਿਹੜੀਆਂ ਉਕਾਇਆਂ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਉਹ ਹੁੰਦਾ ਰਿਹਾ ਪਰ ਉਹਦੇ ਬਾਅਦ ਤੇ ਤਬਦੀਲੀਆਂ ਇੰਨੀ ਤੇਜ਼ੀ ਨਾਲ ਹੋ ਰਹੀਆਂ ਨੇ ਕਿ ਅਸੀਂ ਮੈਂ ਕਈ ਵਾਰ ਸੋਚਦੀ ਆ ਕਿ ਮੇਰੀ ਦਾਦੀ ਜਿਹੜੀ ਕਈ ਸਾਲ ਪਹਿਲਾਂ ਚਲੀ ਗਈ ਕਿਸੇ ਤਰੀਕੇ ਨਾਲ ਇੱਥੇ ਆ ਜਾਏ ਤੇ ਸਾਡੇ ਬੱਚਿਆਂ ਦੀ ਭਾਸ਼ਾ ਉਹਨਾਂ ਨੂੰ ਸਮਝ ਨਹੀਂ ਆਏਗੀ ਜੀ ਤਬਦੀਲੀ ਇੰਨੀ ਤੇਜ਼ੀ ਨਾਲ ਹੋਈ ਹੈ ਤੇ ਜਿਹੜੀ ਲਗਾਤਾਰ ਚੱਲ ਰਹੀ ਹੈ ਪਰ ਅਸੀਂ ਪੰਜਾਬੀ ਉਸ ਗੱਲ ਨੂੰ ਅਦੇ ਉਸ ਪਰ ਸੰਜੀਦਾ ਨਹੀਂ ਹਾਂ ਬਿਲਕੁਲ ਅੱਛਾ ਤੁਸੀਂ ਜ਼ਿੰਦਾਬਾਸ਼ਾ ਦੀ ਗੱਲ ਕੀਤੀ ਕਿ ਸਾਡੀ ਪੰਜਾਬੀ ਭਾਸ਼ਾ ਜ਼ਿੰਦਾਬਾਸ਼ਾ ਹੈ ਕਿਉਂਕਿ ਇਹ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ ਜਦੋਂ ਅਸੀਂ ਬਕਵਾਕ ਰਾਜਾਂ ਦੀ ਗੱਲ ਕਰਦੇ ਹਾਂ ਤਾਂ ਕੀ ਜਿਹੜੀਆਂ-ਜਿਹੜੀਆਂ ਵੀ ਜ਼ਿੰਦਾਬਾਸ਼ਾਵਾਂ ਨੇ ਉਹ ਹਰ ਇੱਕ ਦੇ ਵਿੱਚ ਤਬਦੀਲੀ ਆਉਂਦੀ ਹੈ ਜਾਂ ਸਿਰਫ ਸਾਡੀ ਪੰਜਾਬੀ ਦੇ ਵਿੱਚ ਸਭ ਤੋਂ ਜ਼ਿਆਦਾ ਤਬਦੀਲੀ ਤੁਹਾਨੂੰ ਵੇਖਣ ਨੂੰ ਮਿਲਦੀ ਪਈ ਹੈ ਨਹੀਂ ਹਰੇਕ ਭਾਸ਼ਾ ਵਿੱਚ ਤਬਦੀਲੀ ਆਉਂਦੀ ਹੈ ਕਈ ਭਾਸ਼ਾਵਾਂ ਦੇ ਵਿਦਵਾਨ ਤਾਂ ਆਪ ਵੀ ਥੋੜਾ ਜਿਹਾ ਜਮਾ ਕਰਦੇ ਜਿਵੇਂ ਇੰਗਲੈਂਡ ਵਾਲੇ ਹਰ ਵਾਰ ਦੂਸਰੀਆਂ ਭਾਸ਼ਾਵਾਂ ਦੇ ਕੁਝ ਸ਼ਬਦ ਆਪਣੀ ਡਿਕਸ਼ਨਰੀ ਵਿੱਚ ਜਮ੍ਹਾਂ ਕਰਦੇ ਨੇ ਜਿਵੇਂ ਰੋਜ਼ ਜਿਹੜਾ ਇਹਨਾਂ ਨੇ ਸ਼ਬਦ ਹੈ ਉਹ ਪਰ ਅਸੀਂ ਸਾਡੇ ਪਾਸ ਤੇ ਅੰਗਰੇਜ਼ੀ ਸ਼ਬਦ ਬਣ ਗਿਆ ਇਸ ਤਰੀਕੇ ਨਾਲ ਨਵੇਂ ਸ਼ਬਦ ਐਡ ਨਾਲ ਨਵੀਂ ਭਾਸ਼ਾ ਬਦਲੀ ਜਾਂ ਨਾਲ ਪਿਛਲੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਪਿੱਛੇ ਜਾਈ ਜਾਂਦੇ ਨੇ ਜਿਹੜੇ ਹੌਲੀ-ਹੌਲੀ ਬੋਲਣੋ ਜਦੋਂ ਪੜ੍ਹੇ ਲਿਖੇ ਲੋਕ ਸੋਚਦੇ ਨੇ ਕਿ ਇਹ ਅਨਪੜਾਂ ਦੇ ਸ਼ਬਦ ਜੀ ਅਨਪੜਾਂ ਦੀ ਭਾਸ਼ਾ ਸੀ ਜਿਵੇਂ ਪੰਜਾਬੀ ਵਿੱਚ ਬਹੁਤ ਤੇਜ਼ੀ ਨਾਲ ਇਹ ਵਰਤਾਰਾ ਵਾਪਰਿਆ ਹੈ ਜੋ ਅਸੀਂ ਦੇਖ ਰਹੇ ਹਾਂ ਤਾਂ ਹੁਣ ਸ਼ਹਿਰਾਂ ਤਾਂ ਕੀ ਆਪਣੇ ਬਚਪਨ ਦੇਖਦੇ ਸਾਂ ਕਿ ਪਿੰਡਾਂ ਦੀ ਭਾਸ਼ਾ ਜਾਦਾ ਸਿੰਪਲ ਸੀ ਸ਼ਹਿਰ ਨਾਲ ਹੁਣ ਤਾਂ ਪਿੰਡਾਂ ਦੀ ਭਾਸ਼ਾ ਵੀ ਕਿਉਂਕਿ ਪਿੰਡ ਸ਼ਹਿਰੀ ਕੋ ਜੈ ਹੋ ਗਿਆ ਉੱਥੇ ਵੀ ਸਕੂਲ ਖੁੱਲ ਗਏ ਨੇ ਉਸ ਤਰ੍ਹਾਂ ਦੇ ਉੱਥੇ ਵੀ ਭਾਸ਼ਾ ਇਸ ਤਰ੍ਹਾਂ ਦੀ ਹੋ ਰਹੀ ਹੈ ਤੇ ਭਾਸ਼ਾ ਦੀ ਜਿਹੜੀ ਤਬਦੀਲੀ ਹੈ ਇਹਦੇ ਵਿੱਚ ਇੰਗਲਿਸ਼ ਦੇ ਸ਼ਬਦ ਜੀ ਹਿੰਦੀ ਦੇ ਸ਼ਬਦ ਜੀ ਉਰ ਪਸ਼ਾ ਮਾਂ ਦੇਸ਼ ਉਹ ਬਹੁਤ ਤੇਜ਼ੀ ਨਾਲ ਆ ਰਹੇ ਨੇ ਜੀ ਜਦੋਂ ਅਸੀਂ ਸਮੇਂ ਦੀ ਗੱਲ ਕਰਦੇ ਆ ਨਾ ਕਹਿੰਦੇ ਸਮਾਂ ਨਾ ਸਮਰਾਥ ਹੈ ਸਮਾਂ ਹਮੇਸ਼ਾ ਬਦਲਦਾ ਰਹਿੰਦਾ ਚਲਾਏ ਮਾਨ ਜਿਵੇਂ ਪਾਣੀ ਹਮੇਸ਼ਾ ਚੱਲਦਾ ਸੋਹਣਾ ਲੱਗਦਾ ਨਾ ਉਦਾਂ ਹੀ ਸਮਾਂ ਹਮੇਸ਼ਾ ਚੱਲਦਾ ਸੋਹਣਾ ਲੱਗਦਾ ਇੱਕ ਸਮਾਂ ਸੀ ਜਦੋਂ ਪਤਿਓਰ ਆ ਰਹੇ ਨੇ ਹੋਰਾ ਮਮਿਓਰਾ ਹਨਾ ਕਈ ਤਰ੍ਹਾਂ ਦੇ ਸ਼ਬਦ ਜਿਹੜੇ ਆ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਔਰ ਉਹ ਅੱਜ ਦੇ ਸਮੇਂ ਦੇ ਵਿੱਚ ਨਾ ਉਹ ਕਿੰਨਾ ਕਿਤੇ ਆ ਕੇ ਅਨੋਪ ਹੋ ਗਏ ਨੇ ਹੁਣ ਅਸੀਂ ਦੇਖਦੇ ਪਿਆ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਹੈ ਜਿਨ੍ਹਾਂ ਦੇ ਵਿੱਚ ਇੱਕ ਕੁੜੀ ਹੈ ਇੱਕ ਮੁੰਡਾ ਹੈ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਸਾਡਾ ਜਿਹੜਾ ਮਾਸੀ ਸ਼ਬਦ ਹੈ ਸਾਡਾ ਜਿਹੜਾ ਭੂਆ ਸ਼ਬਦ ਹੈ ਸਾਡਾ ਜਿਹੜਾ ਚਾਚਾ ਸ਼ਬਦ ਹੈ ਤਾਇਆ ਸ਼ਬਦਿਆ ਇਹ ਵੀ ਸਾਰੇ ਅਲੋਪ ਹੋ ਜਾਣਗੇ ਨਹੀਂ ਇਹ ਤਾਂ ਹੋ ਹੀ ਗਏ ਨੇ অলਮੋਸਟ ਦੇਖੋ ਹੁਣ ਜਦੋਂ ਛੋਟੇ ਪਰਿਵਾਰ ਨੇ ਤੇ ਉਹ ਵੱਖਰੀ ਗੱਲ ਉਹ ਨਹੀਂ ਹੈ ਉਹ ਸ਼ਬਦ ਗਾਇਬ ਹੋ ਰਹੇ ਨੇ ਤੇ ਪਰ ਜਦੋਂ ਪਹਿਲਾਂ ਇਹ ਸਾਂਝੇ ਪਰਿਵਾਰ ਹੁੰਦੇ ਸੀ ਤਾਂ ਉਹਨਾਂ ਦੇ ਰਿਸ਼ਤਿਆਂ ਦਾ ਤਾਣਾ ਬਣਾ ਇੰਨਾ ਵਿਸ਼ਾਲ ਹੁੰਦਾ ਸੀ ਤਾਂ ਆਪਸ ਵਿੱਚ ਮੋਹ ਹੁੰਦਾ ਸੀ ਹੁਣ ਤਾਂ ਜਦੋਂ ਯੂਨਿਟਰੀ ਫੈਮਿਲੀ ਸੀ ਇਕਾਕੀ ਫੈਮਿਲੀਜ਼ ਹੋਣ ਲੱਗੀਆਂ ਜੀ ਤਾਂ ਉਹ ਮੋ ਵੀ ਖਤਮ ਹੁੰਦਾ ਗਿਆ ਜਿਵੇਂ ਉਹ ਅੱਛਾ ਸਾਡੇ ਮੈਂ ਹੈਰਾਨ ਐ ਕਿ ਪੰਜਾਬੀ ਦੇ ਵਿੱਚ ਰਿਸ਼ਤਿਆਂ ਦੀ ਵੰਡ ਇੰਨੀ ਖੂਬਸੂਰਤੀ ਨਾਲ ਬਣਾਈ ਗਈ ਕਿ ਪਤਾ ਲੱਗੇ ਨਾ ਤਾਂ ਹੀ ਪਤਾ ਲੱਗ ਜਾਏ ਕਿ ਇਹ ਔਰਤ ਦੇ ਸਹੁਰਿਆਂ ਦਾ ਰਿਸ਼ਤਾ ਹੈ ਜੀ ਕੇ ਪੇਕੇ ਦਾ ਜਿਵੇਂ ਜੇ فرض ਕਰੋ ਉਹਦਾ ਉਹਦੇ ਔਰਤ ਦੇ ਪਤੀ ਦਾ ਦਾਦਾ ਹੈ ਤੇ ਉਹਨੂੰ ਦਦਯੋਰਾ ਕਹਿਣਾ ਜੀ ਜੀ ਤਾਂ ਉਸ ਜਿਹੜੀ ਸੱਸ ਹੈ ਉਹਦੇ ਦੇਸ ਜੇ ਨਾਨਾ ਹੈ ਤੇ ਨਨਯੋਰਾ ਤੇ ਉਹ ਨਨਿਸ ਤਾਂ ਹੁਣ ਉੱਥੋਂ ਤੱਕ ਉਹਨੇ ਤਾਂ ਹੁੰਦੇ ਹੀ ਨਹੀਂ ਦੂਸਰੀ ਗੱਲ ਜੇ ਹੋਵੇ ਵੀ ਤੇ ਉਹ ਦੂਰ ਜਾ ਚੁੱਕੇ ਨੇ ਇਹਨੇ ਰਿਸ਼ਤੇ ਤੇ ਬੱਚਿਆਂ ਨੂੰ ਵੀ ਇਸ ਤਰੀਕੇ ਨਾਲ ਅੱਜ ਕੱਲ ਪਾਲਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਰਿਸ਼ਤਿਆਂ ਦੀ ਨਾ ਕਦਰ ਹੈ ਨਾ ਉਹ ਮੋਹ ਹੀ ਰਿਹਾ ਰਿਸ਼ਤਿਆਂ ਪ੍ਰਤੀ ਇਹ ਸਰ ਕੇ ਪਰਿਵਾਰਾਂ ਦਾ ਸੁਭਾਅ ਵੀ ਬਦਲ ਰਿਹਾ ਹੈ ਰਿਸ਼ਤਿਆਂ ਪ੍ਰਤੀ ਤੇ ਨਾਲ ਹੀ ਭਾਸ਼ਾ ਬਦਲ ਰਹੀ ਕੁਦਰਤੀ ਗੱਲ ਹੈ ਕਿ ਹੁਣ ਅਸੀਂ ਜਿਹੜੇ ਜਿਵੇਂ ਆਪਾਂ ਗੱਲਾਂ ਕਰ ਰਹੇ ਸੀ ਕਿ ਬਹੁਤ ਸਾਰੇ ਫੈਕਟਰ ਨੇ ਜਿਹੜੇ ਪੰਜਾਬੀ ਦੇ ਤੇ ਬਹੁਤ ਸਾਰਾ ਅਸਰ ਪਾ ਰਹੇ ਨੇ ਬਹੁਤ ਤੇਜ਼ੀ ਨਾਲ ਅਸਰ ਪਾ ਰਹੇ ਜੀ ਜਿਵੇਂ ਸਾਡੇ ਉਹਦੇ ਵਿੱਚ ਕਸੂਰ ਸਾਡਾ ਜਾਦਾ ਪੰਜਾਬੀਆਂ ਦਾ ਹੀ ਹੈ ਇੱਕ ਤਾਂ ਇਸ ਕਾਰਨ ਕਹਿ ਸਕਦੇ ਆ ਕਾਰਨ ਕਹਿ ਸਕਦੇ ਆ ਕਸੂਰ ਵੀ ਹੈ ਬਿਲਕੁਲ ਦੋਨੋਂ ਗੱਲਾਂ ਨੇ ਜੀ ਜੀ ਕਾਰਨ ਉਹ ਕਸੂਰ ਇਸ ਕਰਕੇ ਕਿ ਅਸੀਂ ਇਸ ਪ੍ਰਤੀ ਸੰਜੀਦਾ ਨਹੀਂ ਹਾਂ ਬਿਲਕੁਲ ਸਾਨੂੰ ਜਾਗਰੂਕ ਹੋਣਾ ਚਾਹੀਦਾ ਜਾਗਰੂਕ ਨਹੀਂ ਹਾਂ ਜੀ ਜਿਵੇਂ ਹੁਣ ਪੰਜਾਬੀਆਂ ਦੀਆਂ ਆਪਣੀਆਂ ਹੀ ਆਦਤਾਂ ਨੇ ਜੀ ਇੱਕ ਤਾਂ ਤੇਜ਼ ਟ੍ਰਾਂਸਫਰਮੇਸ਼ਨ ਹੋਈ ਹੈ ਉਹਦੇ ਵਾਸਤੇ ਅਸੀਂ ਮੰਦੇ ਆ ਕਿ ਉਹਦੇ ਨਾਲ ਦੁਨੀਆ ਨੂੰ ਚੱਲਣਾ ਹੀ ਪੈਣਾ ਹੈ ਅਸੀਂ ਪਿੱਛੇ ਨਹੀਂ ਰਹਿ ਸਕਦੇ ਕਿਉਂਕਿ ਸਾਰਾ ਕੁਝ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਇਹ ਇੰਨੀ ਤੇਜ਼ੀ ਨਾਲ ਸਭ ਕੁਝ ਬਦਲ ਰਿਹਾ ਹੈ ਕਿ ਅਸੀਂ ਉਹਦੇ ਤੋਂ ਬਿਲਕੁਲ ਵੱਖਰੇ ਰਹਿ ਨਹੀਂ ਸਕਦੇ ਜਦੋਂ ਅਸੀਂ ਉਹਨਾਂ ਤੋਂ ਅਲਹਿਪ ਰਹਿ ਨਹੀਂ ਸਕਦੇ ਤਾਂ ਫਿਰ ਅਸੀਂ ਵੇਖਣਾ ਹੈ ਵੀ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਤੇ ਨਾਲ ਵੀ ਕਿਵੇਂ ਚੱਲਣਾ ਹੈ ਜੀ ਹੁਣ ਉਹਦੇ ਵਿੱਚ ਸਾਡੇ ਪੰਜਾਬੀਆਂ ਦੇ ਇੱਕ ਖਾਸ ਸੁਭਾਅ ਹੈ ਕਿ ਅਸੀਂ ਸ਼ੁਕੀਨ ਬੜਿਆ ਬਿਲਕੁਲ ਸ਼ੁਕੀਨ ਬੜਿਆ ਸ਼ੋਅ ਆਫ ਦੇ ਬੜੇ ਸ਼ੁਕੀਨ ਨੇ ਦਿਖਾਵੇ ਦੇ ਬਹੁਤ ਸ਼ੁਕੀਨ ਨਾ ਜੀ ਜੀ ਬਿਲਕੁਲ ਜਿਵੇਂ ਮੈਂ ਨਿੱਕੇ ਜਿਹੀ ਗੱਲ ਕਿ ਬਾਹਰ ਪੰਜਾਬ ਤੋਂ ਬਾਹਰ ਮੈਂ ਜਾ ਕੇ ਦੇਖਿਆ ਕਈ ਸਟੇਟਸ ਵਿੱਚ ਉੱਥੇ ਵੱਡੇ ਵੱਡੇ ਜਿਹੜੇ ਡਾਕਟਰ ਪ੍ਰੋਫੈਸਰ ਉਹਨਾਂ ਦੇ ਘਰ ਵੀ ਉਸ ਤਰ੍ਹਾਂ ਨਹੀਂ ਹੁੰਦੇ ਜਿਵੇਂ ਇੱਥੇ ਸਾਡੇ ਸੁਧਾਰਨ ਜੀ ਆਮ ਪਰਿਵਾਰ ਦੇ ਘਰ ਹੁੰਦੇ ਨੇ ਮਤਲਬ ਸਾਨੂੰ ਸ਼ੋਅ ਆਫ ਹੈ ਕਿ ਕਾਰ ਨਹੀਂ ਵੀ ਵਰਤਣੀ ਤਾਂ ਵੀ ਕਾਰ ਖੜ੍ਹੀ ਰੱਖਣੀ ਜ਼ਰੂਰ ਹੈ ਤੇ ਪਾਸ਼ਾ ਕੁਦਰਤੀ ਗੱਲ ਹੈ ਵੀ ਅੰਗਰੇਜ਼ੀ ਬੋਲ ਕੇ ਅਸੀਂ ਪਰ ਭਾਪੌਰ ਵਿੱਚ ਅਸੀਂ ਪੜ੍ਹੇ ਲਿਖੇ ਹਾਂ ਅਸੀਂ ਕੋਈ ਛੋਟੇ ਨਹੀਂ ਹਾਂ ਤਾਂ ਇਹਦੇ ਵਿੱਚ ਬਹੁਤ ਸਾਰੇ ਕੁਝ ਐਸੇ ਅਸਰ ਹੋਏ ਨੇ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਹਮਲਾਵਰਾਂ ਦੇ ਆਉਣ ਨਾਲ ਹੁੰਦਾ ਸੀ ਤਾਂ ਪਰ ਉਹ ਬਹੁਤ ਸਲੋ ਸੀ ਜੀ ਉਹ ਇੰਨਾ ਤੇਜ਼ ਨਹੀਂ ਸੀ ਹੁਣ ਇੰਟਰਨੈਟ ਦੇ ਆਉਣ ਨਾਲ ਇੱਕ ਜਗ੍ਹਾ ਤੇ ਇੱਕ ਗੱਲ ਹੁੰਦੀ ਹੈ ਤੇ ਸਾਰੀ ਦੁਨੀਆ ਚ ਉਸੇ ਪਲ ਫੈਲ ਜਾਂਦੀ ਹੈ ਤਾਂ ਉਹਦਾ ਅਸਰ ਜਿਹੜੇ ਆਧੁਨਿਕਤਾ ਵਾਲੇ ਲੋਕ ਜਾਂ ਆਧੁਨਿਕ ਹੋਣਾ ਚਾਹੁੰਦੇ ਜਾਂ ਬਦੋ ਬਦੀ ਵੀ ਨਹੀਂ ਵੀ ਹੋਣਾ ਚਾਹੁੰਦੇ ਤਾਂ ਵੀ ਅਸੀਂ ਉਹਦਾ ਅਸਰ ਕਬੂਲ ਕਰ ਰਹੇ ਹਾਂ ਪਰ ਥੋੜਾ ਜਿਹਾ ਕੌਨਸ਼ੀਅਸ ਸਾਨੂੰ ਇਸ ਕਰਕੇ ਰਹਿਣ ਦੀ ਲੋੜ ਹੈ ਕਿ ਇਹ ਕੁਝ ਕਰਦੇ ਹੋਏ ਵੀ ਅਸੀਂ ਆਪਣੀ ਹੋਂਦ ਹੀ ਨਾ ਗਵਾ ਬੈਠੀਏ ਕਿਉਂਕਿ ਸਾਡੀ ਹੋਂਦ ਸਾਡੀ ਭਾਸ਼ਾ ਨਾਲ ਹੈ ਜੀ ਸਾਡੇ ਨਾਲੋਂ ਜ਼ਿਆਦਾ ਇਹ ਇਸ ਪ੍ਰਤੀ ਕੌਂਸ਼ੀਅਸ ਜਿਹੜੇ ਜਾਗਰੂਕ ਪਾਕਿਸਤਾਨੀ ਨੇ ਬਿਲਕੁਲ ਵੈਸੇ ਇੱਕ ਵੀ ਫੈਕਟਰ ਹੈ ਕਿ ਜੇ ਸਾਡੀ ਭਾਸ਼ਾ ਦੇ ਵਿੱਚ ਪੰਜਾਬੀ ਦੀ ਜਗ੍ਹਾ ਤੇ ਸ਼ਬਦ ਸੰਸਕ੍ਰਿਤ ਦੇ ਹਿੰਦੀ ਦੇ ਹੋਰ ਭਾਸ਼ਾਵਾਂ ਦੇ ਆ ਗਏ ਨੇ ਕਿ ਜਿਹੜੇ ਸ਼ਬਦ ਨਾ ਹੋਣ ਉਹ ਅਸੀਂ ਵਰਤ ਸਕਦੇ ਆ ਦੁਜੀ ਪਰ ਜਿਹੜੇ ਸ਼ਬਦ ਸਾਡੇ ਹੈ ਨੇ ਪੰਜਾਬੀ ਚ ਅਸੀਂ ਜਾਣ ਪੁੱਝ ਕੇ ਜਾਂ ਅੰਗੇਲੀ ਨਾਲ ਉਹਨਾਂ ਨੂੰ ਨਹੀਂ ਵਰਤਦੇ ਤੇ ਟੀਵੀ ਤੇ ਵੀ ਸ਼ਬਦ ਹੁਣ ਇੱਕ ਸ਼ਬਦ ਦਿਗਜ ਬੜਾ ਲਿਖਿਆ ਜਾ ਰਿਹਾ ਜਿਵੇਂ ਕਿ ਦਿਗਜ ਪੰਜਾਬੀ ਦਾ ਨਹੀਂ ਕੋਈ ਸਾਰਾ ਸੁਣੇ ਔਰ ਅਸੀਂ ਸਾਡੇ ਵੱਡੇ ਵਡੇਰੇ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਪਰ ਇਹੋ ਜੇ ਮਤਲਬ ਇੱਕ ਉਦਾਹਰਨ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਭਾਸ਼ਾ ਨੂੰ ਬਦਲ ਰਿਹਾ ਹੌਲੀ ਹੌਲੀ ਉਹ ਸਾਡੇ ਬੋਲਣ ਦੇ ਵਿੱਚ ਪੰਜਾਬੀਆਂ ਦੇ ਬੋਲਣ ਚ ਸ਼ਬਦ داخل ਹੁੰਦੇ ਜਾਂਦੇ ਨੇ ਦੇਖੋ ਦਰਤੀ ਗੱਲ ਹੈ ਕਿ ਸਾਡੀ ਭਾਸ਼ਾ ਦੇ ਰੂਪ ਬਦਲਦੇ ਜਾਂਦੇ ਨੇ ਪਾਕਿਸਤਾਨ ਦੇ ਵਿੱਚ ਇਸ ਤਰੀਕੇ ਨਾਲ ਉਰਦੂ ਦਾ ਫਾਰਸੀ ਰਸਰ ਹੈ ਜੀ ਤੇ ਉਹ ਤਬਦੀਲੀਆਂ ਤਾਂ ਹੈ ਨੇ ਪਰ ਉਹ ਲੋਕ ਸਾਡੇ ਨਾਲੋਂ ਪੰਜਾਬੀ ਵਿੱਚ ਗਿਣਤੀ ਵਿੱਚ ਵੀ ਵੱਧ ਨੇ ਉੱਥੇ ਪੰਜਾਬੀ ਬੋਲਣ ਵਾਲੇ ਤੇ ਉਹ ਇਹਦੇ ਵਾਸਤੇ ਜਾਗਰੂਕ ਵੀ ਜਿਆਦਾ ਨੇ ਉਹ ਉੱਥੇ ਮੁਜ਼ਾਰੇ ਲਗਾਤਾਰ ਕਰਦੇ ਨੇ ਪੰਜਾਬੀ ਵਾਸਤੇ ਉਹਦੇ ਸਾਡੇ ਵੀ ਨੇ ਪਰ ਸਾਡੇ ਲੋਕ ਮੈਂ ਸਮਝਦੀਆਂ ਕਿ ਆਪਣੇ ਆਪ ਨੂੰ ਜਿਆਦਾ ਆਧੁਨਿਕ ਸਮਝਦੇ ਸਾਡੇ ਉਨੀ ਸੀਰੀਅਸਨੈਸ ਨਹੀਂ ਹੈਗੇ ਜੀ ਬਿਲਕੁਲ ਜੀ ਨਹੀਂ ਉੱਥੇ ਹੈ ਜੀ ਬਿਲਕੁਲ ਅੱਛਾ ਮੈਮ ਕਿਉਂਕਿ ਅਸੀਂ ਗੱਲ ਕਰਦੇ ਆਂ ਸਾਡੀ ਬੋਲੀ ਦੀ ਮਾਂ ਬੋਲੀ ਦੀ ਅਸੀਂ ਗੱਲ ਕਰਦੇ ਆਂ ਅੰਗਰੇਜ਼ੀ ਦੇ ਵਿੱਚ ਇਸਤੇਮਾਲ ਕੀਤਾ ਜਾਵੇ ਮਦਰ ਲੈਂਗੁਏਜ ਮਦਰ ਟਾਂਗ ਹਨਾ ਤੇ ਕਈ ਵਾਰੀ ਨਾ ਬੱਚੇ ਸਵਾਲ ਕਰਨ ਲੱਗ ਪੈਂਦੇ ਨੇ ਹਨਾ ਬੜੀ ਵਾਰੀ ਮਨ ਵਿੱਚ ਹੁੰਦਾ ਵੀ ਮਦਰ ਲੈਂਗੁਏਜ ਕੀ ਹੁੰਦੀ ਹੈ ਮਾਂ ਬੋਲੀ ਕੀ ਹੁੰਦੀ ਹੈ ਕੀ ਤੁਹਾਨੂੰ ਲੱਗਦਾ ਕਿ ਅੱਜ ਅਸੀਂ ਐਸ ਪ੍ਰਤੀਸਾਹਰਦ ਹੈਗੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜਿਹੜੀ ਮੈਂ ਆਪਣੀ ਮਾਂ ਦੇ ਕੋਲੋਂ ਬੋਲੀ ਸਿੱਖੀ ਹੈ ਮੈਂ ਆਪਣੇ ਅੱਗੇ ਬੱਚਿਆਂ ਨੂੰ ਪਰੋਸਦੀ ਪਈ ਆ ਜਾਂ ਤੁਸੀਂ ਜਿਹੜੀ ਆਪਣੀ ਮਾਂ ਦਾਦੀ ਦੇ ਕੋਲੋਂ ਬੋਲੀ ਸਿੱਖੀ ਹੈ ਤੁਸੀਂ ਅੱਗੇ ਆਪਣੇ ਪੋਤੇਆਂ ਪਰਪੋਤੇਆਂ ਨੂੰ ਜਿਹੜੀ ਹੈ ਉਹ ਦਿੰਦੇ ਪਿਓ ਹਾਂ ਮੈਂ ਉਹਦੀ ਤੁਹਾਨੂੰ ਬੜੇ ਇੱਕ ਕਮਸੂਰਤ ਨਿੱਜੀ ਉਦਾਹਰਣ ਦੱਸਦੀ ਆ ਜੀ ਕਿ ਮੇਰੀ ਧੋਤਰੀ ਛੋਟੇ ਜਿਹੇ ਸੀ ਤੇ ਫਰਸਟ ਵੇਚ ਸੀ ਜਦ ਪਹਿਲੀ ਵੇਚ ਹੋਣੀ ਆ ਤਾਂ ਮੈਨੂੰ ਇੱਕ ਦਿਨ ਪੁੱਛਣ ਲੱਗੀ ਉਹ ਸਮਝਦੀ ਸੀ ਉਹ ਮੇਰੇ ਨਾਲ ਬੜੀ ਅਟੈਚ ਸੀ ਤੇ ਹਰ ਗੱਲ ਮੈਨੂੰ ਪੁੱਛਦੀ ਸੀ ਉਹ ਮੈਨੂੰ ਕਹਿੰਦੀ ਆ ਕਿ ਨਾਨੀ ਮਦਰ ਟੰਗ ਕੀ ਹੁੰਦੀ ਆ ਮੈਂ ਉਹਨੂੰ ਕਿਹਾ ਮਦਰ ਟੰਗੋ ਹੁੰਦੀ ਐ ਮਦਰ ਦਾ ਮਤਲਬ ਮਾਂ ਟੰਗ ਦਾ ਮਤਲਬ ਜੁਬਾਨ ਕਿ ਆਪਾਂ ਜਿਹੜੇ ਆਪਣੇ ਮਾਪੇ ਕੋਲੋਂ ਜਿਹੜੇ ਸਾਡੇ ਮਾਪੇ ਬੋਲੀ ਬੋਲਦੇ ਉਹ ਅਸੀਂ ਬੋਲਦੇ ਆ ਉਹ ਸਾਡੀ ਮਦਰ ਟੰਗ ਆ ਜੀ ਉਹ ਕਿਉਂਕਿ ਸਕੂਲ ਚ ਪੜ੍ਹਦੇ ਸਕੂਲ ਵਿੱਚ ਤੁਹਾਨੂੰ ਪਤਾ ਅੱਜ ਕੱਲ੍ਹ ਕਿਹਾ ਜਾਂਦਾ ਕਿ ਹਿੰਦੀ ਬੋਲੋ ਜਾਂ ਇੰਗਲਿਸ਼ ਬੋਲੋ ਉਹ ਮੈਨੂੰ ਕਹਿੰਦੀ ਐ ਮੇਰੀ ਤਾਂ ਨਹੀਂ ਹਾਂ ਮੈਂ ਕਿਹਾ ਤੇਰੀ ਤਾਂ ਹੈ ਵੇ ਤੂੰ ਪੰਜਾਬੀ ਪੰਜਾਬ ਵਿੱਚ ਜਿਹੜੇ ਸਾਰੇ ਰਹਿੰਦੇ ਆ ਸਾਡੀ ਮਾਤ ਭਾਸ਼ਾ ਮਦਰ ਟੰਗ ਪੰਜਾਬੀ ਹੈ ਤਾਂ ਅਸੀਂ ਇਸ ਕਰਕੇ ਪੰਜਾਬੀ ਹੀ ਕਹਿਣੀ ਹੈ ਹਮੇਸ਼ਾ ਤੇ ਪੰਜਾਬੀ ਬੋਲਣੀ ਹੈ ਅਗਲੇ ਦਿਨ ਉਹਨੂੰ ਨਵੀਂ ਗੱਲ ਪਤਾ ਲੱਗੀ ਅਗਲੇ ਦਿਨ ਆ ਕੇ ਸਕੂਲੋਂ ਮੈਨੂੰ ਆ ਕੇ ਕਹਿੰਦੀ ਮੈਂ ਆਪਣੇ ਕਲਾਸ ਦੇ ਬੱਚਿਆਂ ਨੂੰ ਪੁੱਛਿਆ ਕਿ ਮਦਰ ਟੰਗ ਕੀ ਹੁੰਦੀ ਹੈ ਕਿਸੇ ਬੱਚੇ ਨੂੰ ਵੀ ਨਹੀਂ ਪਤਾ ਤਾਂ ਮੈਂ ਕਿਹਾ ਬੁੱਧੂ ਤੇਰੀ ਮੰਮੀ ਕੀ ਬੋਲਦੀ ਆ ਉਹ ਕਹਿੰਦੇ ਹਿੰਦੀ ਮੈਂ ਕਿਹਾ ਤੇਰੀ ਨਾਨੀ ਕੀ ਬੋਲਦੀ ਆ ਉਹ ਕਹਿੰਦੇ ਪੰਜਾਬੀ ਮੈਂ ਕਿਹਾ ਤੇਰੀ ਮਦਰ ਟੰਗ ਪੰਜਾਬੀ ਹੈ ਤਾਂ ਮੈਂ ਸੋਚਿਆ ਜਦੋਂ ਇਹ ਮਾਵਾਂ ਜਿਹੜੀਆਂ ਅੱਜ ਪੰਜਾਬੀ ਨਹੀਂ ਬੋਲਦੀਆਂ ਜਦੋਂ ਇਹ ਨਾਨੀਆਂ ਦਾਦੀਆਂ ਵੱਢਣ ਗਿਆ ਬੱਚੇ ਕਿਹੜੇ ਉਦਾਹਰਣ ਦੇਣਗੇ ਕਿ ਮਦਰ ਟੰਗ ਸਾਡੀ ਕਿਹੜੀ ਹੈ ਬਿਲਕੁਲ ਮਤਲਬ ਇਸ ਤਰੀਕੇ ਨਾਲ ਇਨਾ ਨੁਕਸਾਨ ਹੋ ਰਿਹਾ ਹੈ ਸਾਡੀ ਮਾਤ ਭਾਸ਼ਾ ਨੂੰ ਜਿਹਦੇ ਬਾਰੇ ਸਾਨੂੰ ਸੋਚਣ ਸਮਝਣ ਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਅਸੀਂ ਪਿੱਛੇ ਜੇ ਵੀ ਇੱਕ ਪ੍ਰੋਗਰਾਮ ਕੀਤਾ ਸੀ ਪੰਜਾਬੀ ਭਾਸ਼ਾ ਨੂੰ ਲੈ ਕੇ ਉਹਦੇ ਵਿੱਚ ਵੀ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜੇ ਬੰਗਾਲ ਦੇ ਲੋਕ ਨੇ ਨਾ ਉਹ ਆਪਣੀ ਭਾਸ਼ਾ ਨੂੰ ਹਮੇਸ਼ਾ ਪਹਿਲ ਦਿੰਦੇ ਨੇ ਜਦੋਂ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਆ ਆਪਾਂ ਇੱਧਰ ਦੇਖਦੇ ਆ ਬਹੁਤ ਸਾਰੇ ਲੋਕ ਪ੍ਰਵਾਸ ਕਰਕੇ ਸਾਡੇ ਵੱਲ ਆਉਂਦੇ ਪਏ ਨੇ ਯੂਪੀ ਤੋਂ ਬਿਹਾਰ ਤੋਂ ਬਹੁਤ ਸਾਰੇ ਸਾਡੇ ਉੱਥੋਂ ਮਾਈਗ੍ਰੇਟ ਹੋ ਕੇ ਇੱਧਰ ਆਂਦੇ ਪਏ ਨੇ ਸ਼ਾਇਦ ਕਿਤੇ ਨੂੰ ਲੈ ਕੇ ਕਹਿ ਲਈਏ ਅਸੀਂ ਵੀ ਕਿਤੇ ਕਰਕੇ ਆਂਦੇ ਪਏ ਨੇ ਜਾਂ ਪੈਸੇ ਕਮਾਉਣ ਵਾਸਤੇ ਆਂਦੇ ਪਏ ਨੇ ਹੁੰਦਾ ਕੀ ਹੈ ਕਿ ਅਸੀਂ ਮੰਨ ਲਓ ਕੋਈ ਰੇੜੀ ਵਾਲਾ ਆ ਗਿਆ ਜਿਹੜਾ ਕੀ ਯੂਪੀ ਜਾਂ ਬਿਹਾਰ ਤੋਂ ਆਇਆ ਹੋਇਆ ਅਸੀਂ ਉਹਦੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਨ ਦੀ ਬਜਾਏ ਅਸੀਂ ਉਹਦੀ ਭਾਸ਼ਾ ਦੇ ਵਿੱਚ ਗੱਲ ਕਰਦੇ ਆ ਕਿ ਇਹ ਸਬਜੀ ਕਿਤਨੇ ਕੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸਾਡਾ ਜਿਹੜਾ ਇਹ ਵਰਤਾਰ ਹੈ ਸਾਡੀ ਮਾਂ ਬੋਲੀ ਤੋਂ ਸਾਨੂੰ ਦੂਰ ਤਾਂ ਨਹੀਂ ਕਰਦਾ ਪਿਆ ਕਿਤੇ ਦੇਖੋ ਜੇ ਸਾਡੇ ਪੰਜਾਬੀ ਬੰਗਾਲ ਚ ਰਹਿੰਦੇ ਨੇ ਨਾ ਉਹ ਬੰਗਾਲੀ ਬੋਲਦੇ ਨੇ ਉਹਨਾਂ ਲੋਕਾਂ ਨਾਲ ਬੰਗਾਲੀ ਪੜ੍ਹਦੇ ਉਹ ਹੀ ਸਿੱਖਦੇ ਬਿਲਕੁਲ ਬਿਲਕੁਲ ਜੇ ਦੱਖਣ ਵਿੱਚ ਜਾਂਦੇ ਹੋ ਜੇ ਇੰਗਲੈਂਡ ਵਿੱਚ ਜਾਂਦੇ ਕੈਨੇਡਾ ਜਾਂਦੇ ਉਹ ਭਾਸ਼ਾ ਪਰ ਸਾਡੇ ਪੰਜਾਬ ਵਿੱਚ ਵਰਤਾਰਾ ਉਲਟਾ ਹੈ ਕਿ ਜੇ ਸਾਡੇ ਕੋਲ ਰੂਪੀ ਵਾਲੇ ਜਾਂ ਕਿਸੇ ਸਟੇਟ ਵਾਲੇ ਲੋਕ ਆਉਂਦੇ ਨੇ ਅਸੀਂ ਫਟਾਫਟ ਆਪਣੀ ਜ਼ੁਬਾਨ ਉਲਟਾ ਤਾਂ ਕਿ ਉਹ ਭਾਸ਼ਾ ਭਾਵੇਂ ਮੈਂ ਮੈਂ ਕਿ ਸ਼ਹਿਰਾਂ ਤਾਂ ਕੀ ਆਲੇ-ਦੁਆਲੇ ਮੈਂ ਦੇਖਿਆ ਇੱਕ ਸਾਡੇ ਗੁਆਂਢ ਔਰਤ ਸੀ ਕੰਮ ਕਰਦੇ ਸੀ ਭਈਆ ਪਾਈਪ ਇਧਰ ਕੋ ਸੁੱਟ ਇੱਕ ਕੋ ਕਹ ਕੇ ਉਹਨੇ ਆਪਣੇ ਹਿੰਦੀ ਬੋਲ ਰਹੀ ਕਿ ਮੈਂ ਬੜਾ ਮਤਲਬ ਸਾਡੇ ਲੋਕਾਂ ਨੂੰ ਇਹ ਮਾਡਰਨ ਆਪ ਸਮਝਦੇ ਆਪਣੇ ਆਪ ਨੂੰ ਕਿ ਅਸੀਂ ਹਿੰਦੀ ਬੋਲ ਰਹੇ ਜਾਂ ਦੂਸਰੀ ਜੀ ਭਾਸ਼ਾ ਬੋਲ ਰਹੇ ਚਾਹੀਦਾ ਹੈ ਕਿ ਉਹ ਲੋਕ ਸਾਡੀ ਭਾਸ਼ਾ ਸਿੱਖਣ ਕਿਉਂਕਿ ਉਹ ਸਾਡੇ ਕੋਲ ਆ ਰਹੇ ਨੇ ਉਹ ਠੀਕ ਹੈ ਅਸੀਂ ਉਹਨਾਂ ਨੂੰ ਨੌ ਸਹਿਯੋਗ ਦਈਏ ਪਰ ਇਹ ਨਹੀਂ ਕਿ ਅਸੀਂ ਆਪਣੀ ਭਾਸ਼ਾ ਹੀ ਵਿਗਾੜ ਕੇ ਰੱਖਦੇ ਹਾਂ ਪਿੰਡਾਂ ਵਿੱਚ ਹੁਣ ਪਹਿਲਾਂ ਤਾਂ ਸ਼ਹਿਰਾਂ ਵਿੱਚ ਹੀ ਵਰਤਾਰਾ ਸੀ ਪਰ ਪਿੰਡਾਂ ਵਿੱਚ ਵੀ ਹੁਣ ਛੋਟੇ-ਛੋਟੇ ਸਕੂਲ ਇਹੋ ਜਿਹੇ ਖੁੱਲੇ ਨੇ ਜੀ ਮਾਪਿਓ ਨੂੰ ਚਾਹੇ ਕਿ ਅੰਗਰੇਜ਼ੀ ਮਾਧਿਅਮ ਸਕੂਲ ਚ ਭੇਜਣਾ ਬੱਚਿਆਂ ਨੂੰ ਔਖੇ ਹੋ ਕੇ ਵੀ ਭੇਜਦੇ ਆ ਤੇ ਉੱਥੇ ਉਹਨਾਂ ਨੇ ਅਧਿਆਪਕ ਪੂਰੇ ਤਾਂ ਮਤਲਬ ਉਸ ਤਰੀਕੇ ਨਾਲ ਕੰਪੀਟੈਂਟ ਨਹੀਂ ਹੁੰਦੇ ਵੀ ਜਿਹੜੇ ਪੂਰੀ ਤੁਹਾਨੂੰ ਭਾਸ਼ਾ ਅੰਗਰੇਜ਼ੀ ਜਾਂ ਪੜਾ ਸਕਦੇ ਇਸ ਤਰ੍ਹਾਂ ਪੜਾਉਂਦੇ ਨੇ ਉਹ ਬੜੇ ਖੁਸ਼ ਹੁੰਦੇ ਘਰ ਆ ਕੇ ਉਹੋ ਜੀ ਅੰਗਰੇਜ਼ੀ ਬੱਚੇ ਬੋਲਦੇ ਉਹ ਜੀ ਅੰਗਰੇਜ਼ੀ ਆ ਗੋ ਪੇਰੈਂਟਸ ਹੋ ਤੇ ਉਹ ਸਾਡੇ ਸਮਾਜ ਵਿੱਚ ਸਾਰੇ ਸ਼ਬਦ ਜਿਹੜੇ ਨੇ ਨਾ ਉਹ ਪ੍ਰਚਲਿਤ ਹੋ ਰਹੇ ਨੇ ਜੀ ਤੇ ਉਹਦੇ ਨਾਲ ਜਿਹੜੇ ਸਾਡੇ ਆਪਣੇ ਸ਼ਬਦ ਨੇ ਉਹ ਗਾਇਬ ਹੋ ਰਹੇ ਇੱਕ ਵਾਰ ਮੇਰੀ ਇੱਕ ਕਹਾਣੀ ਛਪੀ ਸੀ ਇੱਕ ਅਖਬਾਰ ਚ ਤਾਂ ਮੈਂ ਸ਼ਬਦ ਸੀ ਕਸਖ ਜੀ ਜਾਂ ਕੋਈ ਇਹ ਜੇ ਸ਼ਬਦ ਤਾਂ ਮੈਨੂੰ ਫੋਨ ਆਇਆ ਜਿਨ੍ਹਾਂ ਨੇ ਐਡਿਟ ਕਰਨਾ ਕਿ ਇਹ ਸ਼ਬਦ ਪੰਜਾਬੀ ਦੇ ਦੋ ਤਿੰਨ ਸ਼ਬਦ ਸੀ ਮੈਂ ਕਿਹਾ ਨਾ ਬਦਲਿਓ ਹਮ ਆਪਾਂ ਨੂੰ ਆਪਾਂ ਆਪਣੇ ਸ਼ਬਦਾਂ ਨੂੰ ਜਿਉਂ ਦੇ ਵੀ ਰੱਖਣਾ ਹੈ ਬਿਲਕੁਲ ਖਤਮ ਨਹੀਂ ਹੋਣ ਦੇਣੇ ਸ਼ਬਦ ਤੇ ਜਦੋਂ ਇਸ ਤਰੀਕੇ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ ਸਾਡੇ ਅਸਲ 'ਚ ਚਾਰ ਪੰਜ ਫੈਕਟਰ ਨੇ ਸਾਡੇ ਜੋ ਮੈਂ ਸਮਝਦੀਆਂ ਸਾਡੀ ਭਾਸ਼ਾ ਨੂੰ ਬੜੀ ਤੇਜ਼ੀ ਨਾਲ ਜਿਹੜੇ ਮੋੜ ਰਹੇ ਨੇ ਜੀ ਕਿ ਇੱਕ ਤਾਂ ਆਪਾਂ ਕਹਿ ਸਕਦੇ ਆ ਪਰਵਾਸ ਪਰਵਾਸ ਦੋ ਤਰ੍ਹਾਂ ਹੋ ਰਿਹਾ ਹਮਮ ਇੱਕ ਤੇ ਪੰਜਾਬ ਵਿੱਚ ਹੋ ਰਿਹਾ ਇੱਕ ਪੰਜਾਬ ਤੋਂ ਬਾਹਰ ਸਾਡੇ ਲੋਕ ਜਾ ਰਹੇ ਹੁਣ ਜੇ ਪੰਜਾਬ ਵਾਲੇ ਲੋਕ ਪੰਜਾਬ ਵਿੱਚ ਆ ਰਹੇ ਲੋਕ ਆਪਣੀ ਭਾਸ਼ਾ ਲੈ ਕੇ ਆਉਂਦੇ ਆ ਜੀ ਦੇ ਜਿਹੜੇ ਸਾਡੇ ਲੋਕ ਬਾਹਰ ਗਏ ਨੇ ਉਹ ਆਪਣੀ ਭਾਸ਼ਾ ਵਿਗੜੀ ਸਾਰੇ ਪੜੇ ਲਿਖੇ ਲੋਕਾਂ ਦੀ ਹੋਰ ਗੱਲ ਹੈ ਔਰ ਤੁਸੀਂ ਵੇਖੋ ਜਿਹੜਾ ਕੋਈ ਕੁਛ ਔਰਤ ਜਾਂ ਬੰਦਾ ਕੋਈ ਉਥੋਂ ਦਰਵਾਜ਼ੇ ਨੂੰ ਡੋਰਾ ਸਾਰੀਆਂ ਡੋਰਾ ਬੰਦ ਸੀ ਜੀ ਬੁਕਾਂ ਜੀ ਉਹ ਮਤਲਬ ਪਾਸ਼ਾ ਇਸ ਤਰੀਕੇ ਦੀ ਲਾ ਕਿਉਂਦੀ ਉਹ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੇ ਕਹਿਣਾ ਕਿ ਐਂਜ ਹੀ ਕਹਿਣਾ ਵਧੀਆ ਹੈ ਜੀ ਬਿਲਕੁਲ ਉਸ ਤਰੀਕੇ ਨਾਲ ਉਹ ਪਾਸ਼ਾ ਵੀ ਸ਼ਬਦ ਸ਼ਾਮਾ ਲੂ ਰਿਹਾ ਤਾਂ ਅਸੀਂ ਮਤਲਬ ਉਹ ਜਦ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜਿਹੜੇ ਪੰਜਾਬੀ ਨਹੀਂ ਬੋਲ ਰਿਹਾ ਪੰਜਾਬੀ ਬਲਕਿ ਕਈ ਵਾਰ ਬਾਜ਼ਾਰ ਵਿੱਚ ਕਈ ਲੇਡੀਜ਼ ਨਾਲ ਮੇਰੀ ਇਸ ਤਰ੍ਹਾਂ ਦੀ ਗਲਬਾਤ ਹੋ ਜਾਂਦੀ ਹੈ ਮੈਂ ਕੋਈ ਬੋਲ ਰਹੇ ਹੁੰਦੇ ਮਸ਼ਕਲ ਤੋਂ ਪੰਜਾਬੀ ਲੱਗ ਰਹੇ ਹੁੰਦੇ ਜੀ ਜੀ ਬਿਲਕੁਲ ਜੀ ਜੀ ਬੋਲ ਰਹੇ ਥੇ ਟੇਲਰ ਕੋਲ ਖੜੀ ਸੀ ਮੈਂ ਕਿਹਾ ਤੁਸੀਂ ਮੈਨੂੰ ਜਦਸਰੀ ਸਿੱਧੀ ਪਈ ਪੰਜਾਬੀ ਮੈਂ ਨੂੰ ਕਿਹਾ ਤੁਸੀਂ ਕਿਸੇ ਬਾਹਰ ਲਿਸਟ ਹਟ ਵਿੱਚ ਪੜੇ ਹੋ ਜਾਂ ਪੜਿਓ ਨਹੀਂ ਨਹੀਂ ਜਾਂ ਤਾਂ ਮੈਂ ਕਿਹਾ ਫਿਰ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ ਹਮਾਰੇ ਘਰ ਮੈਂ ਐਸੇ ਹੀ ਬੋਲਦੇ ਸਾਰੇ ਮਤਲਬ ਕਿ ਇਹ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬੀ ਆਪਣੇ ਘਰ ਵਿੱਚ ਬੱਚਿਆਂ ਨਾਲ ਸ਼ੁਰੂ ਤੋਂ ਪੰਜਾਬੀ ਨਹੀਂ ਬੋਲ ਰਹੇ ਜੀ ਤੇ ਉਹ ਕਿੱਥੋਂ ਪਹਛਾ ਰਹੇਗੀ ਹੁਣ ਇਹ ਇਹਦੇ ਨਾਲ ਹੋਰ ਕਈ ਚ ਫੈਕਟਰ ਨੇ ਕਿ ਜਿਹੜਾ ਇੰਟਰਨੈਟ ਹੋਣ ਨਾਲ ਭਾਸ਼ਾਵਾਂ ਤਾਂ ਰਲ ਮਿਲ ਰਹੀਆਂ ਨੇ ਇੱਕ ਗਲੋਬਲ ਵਿਲੇਜ ਬਣ ਗਿਆ ਹੈ ਬਲਕਿ ਪੂਰਾ ਪੂਰੀ ਦੁਨੀਆ ਗਲੋਬਲ ਵਿਲੇਜ ਦੁਨੀਆ ਇੱਕ ਹੋ ਗਈ ਹੈ ਉਸ ਨਾਲ ਨਾਲ ਇਹ ਹੈ ਕਿ ਜਿਹੜਾ ਪੰਜਾਬੀਆਂ ਦਾ ਆਧੁਨਿਕ ਹੋਣ ਦਾ ਸ਼ੌਕ ਕਿ ਅਸੀਂ ਆਧੁਨਿਕ ਲੱਗਾਂਗੇ ਦੂਸਰੀਆਂ ਭਾਸ਼ਾਵਾਂ ਵੀ ਬੋਲਾਂਗੇ ਅਸੀਂ ਕਿ ਸਾਨੂੰ ਤਾਂ ਇਹ ਆਉਂਦੀਆਂ ਨੇ ਦੂਸਰਾ ਪਰਿਵਾਰਾਂ ਨੂੰ ਨਾਲ ਜਿਹੜਾ ਉਤਸ਼ਾਹ ਹੈ ਜਿਹੜਾ ਤੇ ਦੂਸਰਾ ਕਿ ਇੱਕ ਯੂਨਿਟਰੀ ਪਰਿਵਾਰ ਹੋਗਾ ਮੈਂ ਕੁਝ ਦਿਨ ਪੜਿਆ ਸੀ ਕਿ ਹੁਣ ਕਰੋਨਾ ਤੋਂ ਬਾਅਦ ਇੰਗਲੈਂਡ ਦੇ ਵਿੱਚ ਅਮਰੀਕਾ ਚ ਕੁਝ ਪਰਿਵਾਰ ਨੇ ਤਕਰੀਬਨ ਉਹ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਕਿ ਇੱਕ ਤਾਂ ਉਹਨਾਂ ਨੂੰ ਆਰਥਿਕ ਸੱਟ ਵੱਜੀ ਹੈ ਦੂਸਰਾ ਇਹ ਹੈ ਕਿ ਬੱਚਿਆਂ ਨੂੰ ਸੰਭਾਲਿਆ ਜਾਣਾ ਆਪਸ ਵਿੱਚ ਜਿਹੜਾ ਉਹ ਮਤਲਬ ਪਰਿਵਾਰ ਸੌਖਾ ਰਹਿ ਸਕੇ ਤੇ ਨਾਲ ਆਰਥਿਕ ਤੌਰ ਤੇ ਵੀ ਸਪੋਰਟ ਕਰ ਸਕਣ ਆਪਣੇ ਪਰਿਵਾਰ ਨੂੰ ਜੀ ਬਿਲਕੁਲ ਤੁਸੀਂ ਜਿਹੜਾ ਪੰਜਾਬੀਆਂ ਦੇ ਹੁਣ ਜੇ ਗੱਲ ਕਰਨ ਲੱਗੀ ਹੈ ਤਾਂ ਇੰਨੇ ਫੈਕਟਰ ਨੇ ਕਿ ਸਾਨੂੰ ਇਸ ਵੇਲੇ ਇੱਕ ਹਨੇਰੀ ਚੱਲੀ ਹੋਈ ਹੈ ਤਬਦੀਲੀ ਦੀ ਜਿਹਦੇ ਵੀ ਸਾਨੂੰ ਜਿਆਦਾ ਕੌਂਸ਼ੀਅਸ ਹੋਣਾ ਪੈਣਾ ਪੰਜਾਬੀਆਂ ਨੂੰ ਤਾਂ ਮੈਂ ਸਮਝਦੀ ਆ ਸ਼ਾਇਦ ਤੁਸੀਂ ਇੱਕ ਬੜੀ ਮਸ਼ਹੂਰ ਕਿਤਾਬ ਹੈ ਮੇਰਾ ਦਾਗਿਸਤਾਨ ਬਿਲਕੁਲ ਬਿਲਕੁਲ ਜੀ ਤਾ ਉਹ ਅਵਾਰ ਪਾਸ਼ਾ ਦੀ ਕਿਤਾਬ ਸੀ ਜਿਹੜੀ ਗੁਰਬਖਸ਼ ਸਿੰਘ ਫਰੈਂਕ ਹੋਰਮ ਨੇ ਅਨੁਵਾਦ ਕੀਤੀ ਸੀ ਤੇ ਉਸ ਕਿਤਾਬ ਦੇ ਵਿੱਚ ਬਦ ਅਸੀਂ ਇਸ ਦਿੰਦੀਆਂ ਨੇ ਔਰਤਾਂ ਕਿ ਕਿਸੇ ਨੂੰ ਤੇਰੀ ਮਾਤ ਪਾਸ਼ਾ ਪੁੱਛ ਜਾਏ ਬਿਲਕੁਲ ਤਾਂ ਅਸੀਂ ਪੰਜਾਬੀ ਆਪਣੀ ਮਾਤ ਪਾਸ਼ਾ ਭੁਲਾਉਣ ਨੂੰ ਤਾਂ ਤੇਜ਼ ਆ ਨਾਲ ਇਹਦੇ ਪ੍ਰਤੀ ਬੜੀ ਤੇਜ਼ੀ ਨਾਲ ਆਪ ਮਿਹਨਤ ਕਰ ਰਹੇ ਆ ਕਿ ਮਾਤ ਪਾਸ਼ਾ ਭੁੱਲ ਜਾ ਮੈਂ ਜਿੱਥੇ ਵੀ ਕੋਸ਼ਿਸ਼ ਕਰਦੀ ਆ ਕੋਈ ਹਿੰਦੀ ਵੀ ਬੋਲਦਾ ਏ ਤੇ ਇੱਥੇ ਮੈਂ ਉਹਦੇ ਨਾਲ ਉਹ ਵੱਖਰੀ ਗੱਲ ਕਿਸੇ ਨੂੰ ਨਹੀਂ ਆਉਂਦੀ ਪੰਜਾਬੀ ਤੇ ਉਹਦੇ ਨਾਲ ਤੁਸੀਂ ਥੋੜਾ ਬਹੁਤਾ ਉਂਝ ਬੋਲੋ ਸਾਡੀ ਪੰਜਾਬੀਆਂ ਦੀ ਹਿੰਦੀ ਵੀ ਗੁਲਾਬੀ ਹੁੰਦੀ ਏ ਜੀ ਮਤਲਬ ਕਿ ਉਹ ਕਿਉਂਕਿ ਅਸੀਂ ਉਸ ਐਕਸੈਂਟ ਟੋਨ ਜਿਹੜਾ ਇੱਕ ਭਾਸ਼ਾ ਦਾ ਹੁੰਦਾ ਏ ਉਹ ਸਾਡਾ ਪੰਜਾਬੀ ਦਾ ਆਪਣਾ ਹੀ ਹਿੰਦੀ ਦਾ ਆਪਣਾ ਇੰਗਲਿਸ਼ ਦਾ ਆਪਣਾ ਹੁੰਦਾ ਇੰਗਲਿਸ਼ ਐ इवन ਹਰ ਦੇਸ਼ ਦਾ ਅਲੱਗ-ਅਲੱਗ ਹੈ ਬਿਲਕੁਲ ਥੋੜਾ ਫਰਕ ਨਾ ਅਸੀਂ ਉਸ ਤਰੀਕੇ ਨਾਲ ਮੂਵਿੰਗਾ ਚਬਾ ਕਰਕੇ ਬੋਲ ਲੈਂਦੇ ਆ ਉਹ ਕੁਝ ਕਰਦੇ ਆ ਤਾਂ ਅਸੀਂ ਨੁਕਸਾਨ ਪਹੁੰਚਾਉਣ ਦੇ ਜ਼ਿੰਮੇਵਾਰ ਆ ਬਣ ਰਹੇ ਆ ਇਤਿਹਾਸ ਸਾਨੂੰ ਕੀ ਕਹੇਗਾ ਇਹ ਫਿਕਰ ਕਰੀਏ ਬਿਲਕੁਲ ਕਿਹਦਾ ڈپਟਾਸ਼ਾ ਕਿਦਰ ਜਾਏ ਜੀ ਕਹਿੰਦੇ ਨੇ ਕਿ ਸਾਨੂੰ ਸੀਜ਼ ਦੇਣੀ ਹੈ ਨਾ ਤੇ ਉਹ ਨਹੀਂ ਸੀਸ ਦੇਣੀ ਹੈ ਤਾਂ ਉਹਨੂੰ ਤੇਰੀ ਉਮਰ ਜਿਹੜੀ ਹੈ ਨਾ ਉਹ ਲੋਗੀ ਤਾਂ ਜਿੰਨੀ ਲੰਬੀ ਹੋਵੇ ਤੇ ਜੇ ਕਿਸ ਨੂੰ ਬਦ ਸੀਸ ਦੇਣੀ ਹੈ ਨਾ ਤਾਂ ਜਾ ਤਨੂੰ ਤੇਰੀ ਮਾਂਤ ਭਾਸ਼ਾ ਭੁੱਲ ਜਾ ਮਾਂ ਬੋਲੀ ਭੁੱਲ ਜਾ ਇੱਕ ਸਰ ਅਸੀਂ ਜ਼ਿਕਰ ਕਰਦੇ ਆ ਤੇ ਇਹਦੇ ਵਿੱਚ ਫਿਰ ਗੱਲ ਆ ਜਾਂਦੀ ਹੈ ਮਾਂ ਬੋਲੀ ਤੋਂ ਮਾਂ ਦੀ ਜ਼ਿੰਮੇਵਾਰੀਆਂ ਦੀ ਸਭ ਤੋਂ ਪਹਿਲੀ ਗੱਲ ਮਾਂ ਦੀਆਂ ਜ਼ਿੰਮੇਵਾਰੀਆਂ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਮਾਂ ਇਸ ਚੀਜ਼ ਨੂੰ ਲੈ ਕੇ ਸੋਹਿਰਦ ਹੈ ਤੇ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਸਿਖਾਉਂਦੀ ਪਈ ਹੈ ਕਿਉਂਕਿ ਅਸੀਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਦੇਖਦੇ ਹਾਂ ਵੀ ਪਹਿਲਾਂ ਹਿੰਦੀ ਨੂੰ ਪਹਿਲ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਰਹਿੰਦੇ ਹੋਏ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਕੀ ਇਹਦੇ ਵਿੱਚ ਬੱਚਿਆਂ ਦੀ ਭਾਸ਼ਾ ਦੇ ਵਿੱਚ ਤੁਸੀਂ ਕਿੰਨਾ ਕੁ ਵਿਗਾੜ ਜਾਂ ਬਦਲਾਅ ਦੇਖਦੇ ਪਏ ਹੋ ਇਸ ਦੇ ਵਿੱਚ ਮੈਂ ਛੋਟੀ ਜੀ ਐਗਜ਼ਾਮਪਲ ਫਿਰ ਤੁਹਾਨੂੰ ਮੇਰਾ ਦਾਗਿਸਤਾਨ ਦੀ ਦਿੰਨੀ ਆ ਜੀ ਹੈ ਕਿ ਉਹਦੇ ਵਿੱਚ ਉਹਨੇ ਲਿਖਿਆ ਇੱਕ ਲੇਖਕ ਇੱਕ ਅਰਖਤ ਕੋਲ ਗਿਆ ਤੇ ਉਹਨੂੰ ਕਹਿੰਦਾ ਕਿ ਮੈਂ ਮਾਸਕੋ ਗਿਆ ਸੀ ਤੇ ਮੈਂ ਤੇਰੇ ਪੁੱਤਰ ਨੂੰ ਮਿਲ ਕੇ ਉਹਦਾ ਪੁੱਤਰ ਉੱਥੇ ਬਹੁਤ ਵੱਡਾ ਲੇਖਕ ਬਣ ਗਿਆ ਜਾ ਕੇ ਜੀ ਕਹਿੰਦਾ ਉਹਨੂੰ ਮੈਂ ਮਿਲ ਕੇ ਆਇਆ ਉਹਦੇ ਨਾਲ ਮੈਂ ਗੱਲਾਂ ਕੀਤੀਆਂ ਉਹ ਕਹਿੰਦੀ ਹੈ ਉਹਨੇ ਤੇਰੇ ਨਾਲ ਕਿਹੜੀ ਭਾਸ਼ਾ ਵਿੱਚ ਗੱਲਾਂ ਕੀਤੀਆਂ ਹਮ ਅਵਾਰ ਭਾਸ਼ਾ ਵਿੱਚ ਉਹਨੇ ਕਿਹਾ ਨਹੀਂ ਉਹਨੇ ਰੂਸੀ ਚ ਦਾ ਉਹਨੇ ਮੂੰਟਾ ਕਲੇ ਆਪਣਾ ਰੋਣ ਲੱਗ ਪਈ ਜਿਸ ਤਰ੍ਹਾਂ ਸਾਡੇ ਪੰਜਾਬ ਚ ਔਰਤਾਂ ਰੋਂਦੀਆਂ ਸੀ ਜੀ ਮਤਲਬ ਅਸੀਂ ਉਹ ਕੰਮ ਕਰ ਰਹੇ ਹਾਂ ਖੁਦ ਬਿਲਕੁਲ ਜੇ ਮੈਨੂੰ ਦੁੱਖ ਹੈ ਮਤਲਬ ਮਨ ਚ ਆਉਂਦਾ ਹੈ ਕਿ ਅਸੀਂ ਉਹ ਕੰਮ ਖੁਦ ਕਰ ਰਹੇ ਹਾਂ ਅਸੀਂ ਆਪਣੇ ਆ ਮੈਂ بڑے بڑے ਲਿਖੇ ਪਰਵਾਰਾਂ ਨਾਲ ਗੱਲ ਹੁੰਦੀ ਹੈ ਜੀ ਇੱਕ ਨਾਲ ਨਹੀਂ ਬਹੁਤ ਮੇਰੀ ਅਕਸਰ ਚੱਲਦੀ ਰਹਿੰਦੀ ਬੈਸ ਜੀ ਜੀ ਪਰ ਅਫਸੋਸ ਹੈ ਕਿ ਇਸ ਪ੍ਰਤੀ ਜਾਗਰੂਕ ਨੇ ਈਵਨ

ਪੰਜਾਬੀ ਦੇ ਲੇਖਕ ਨੇ ਜੀ ਪੰਜਾਬ ਤੋਂ ਬਾਹਰ ਉਹਨਾਂ ਦੇ ਘਰਾਂ ਵਿੱਚ ਵੀ ਆਪਣੇ ਬੱਚਿਆਂ ਨਾਲ ਹਿੰਦੀ ਹੀ ਬੋਲੀ ਜਾਂਦੀ ਹੈ ਬਿਲਕੁਲ ਅਸੀਂ ਇਸ ਬਾਰੇ ਗੱਲਬਾਤ ਜ਼ਰੂਰ ਕਰਾਂਗੇ ਤੁਸੀਂ ਥੋੜੇ ਜਿਹਾ ਭਾਵੁਕ ਹੋ ਚੁੱਕੇ ਹੋ ਕਿਉਂਕਿ ਇਹ ਭਾਵੁਕ ਹੋਣਾ ਬਣਦਾ ਹੈ ਇਸ ਜਗ੍ਹਾ ਦੇ ਉੱਤੇ ਮੈਂ ਖੁਦ ਪੰਜਾਬੀ ਨੂੰ ਪ੍ਰਮੋਟ ਕਰਦੀ ਹਾਂ ਮੈਂ ਕਹਿੰਦੀ ਵੀ ਨਹੀਂ ਪੰਜਾਬੀ ਨੂੰ ਪਹਿਲ ਦੇਣੀ ਹੈ ਅਸੀਂ ਅਸੀਂ ਪੰਜਾਬੀ ਬੋਲਣੀ ਹੈ ਅਸੀਂ ਪੰਜਾਬੀ ਸਿੱਖਣੀ ਹੈ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਸਿਖਾਉਣੀ ਹੈ ਪਰ ਜਦੋਂ ਕਿਤਨਾ ਕਿਤੇ ਆ ਕੇ ਸਾਡੇ ਵਿੱਚੋਂ ਹੀ ਅਸੀਂ ਲੋਕ ਹੀ ਇਹੋ ਜਿਹਾ ਕਾਰਜ ਕਰਨ ਲੱਗ ਪਏ ਨਾ ਫਿਰ ਅੱਖਾਂ ਨਾ ਹੋਣੀਆਂ ਜ਼ਰੂਰੀ ਨੇ ਸੁਭਾਵਿਕ ਤੌਰ ਤੇ ਹੋ ਜਾਂਦੀਆਂ ਨੇ ਜਿਸ ਜ਼ਿਕਰ ਹੋਇਆ ਵੰਗਾ ਤੇ ਅੱਜ ਅਸੀਂ ਉਹ ਵੰਗਾ ਸ਼ਬਦ ਨੂੰ ਕਿਤਨਾ ਕਿਤੇ ਭੁੱਲਦੇ ਜਾਂਦੇ ਪਿਆ ਅਸੀਂ ਚੂੜੀਆਂ ਦਾ ਜ਼ਿਕਰ ਕਰਦੇ ਹਾਂ ਅਸੀਂ ਥੋਮ ਦਾ ਜ਼ਿਕਰ ਕਰਨਾ ਭੁੱਲ ਚੁੱਕੇ ਹਾਂ ਅਸੀਂ ਲਸਣ ਗੱਲ ਕਰਦੇ ਹਾਂ ਜਾਂ ਅਸੀਂ ਗੰਡੇ ਨੂੰ ਭੁੱਲ ਚੁੱਕੇ ਹਾਂ ਅਸੀਂ ਪਿਆਜ਼ ਦਾ ਜ਼ਿਕਰ ਕਰਦੇ ਹਾਂ ਇਸ ਤੋਂ ਇਲਾਵਾ ਅਸੀਂ ਤੱਤੇ ਨੂੰ ਛੱਡ ਚੁੱਕੇ ਹਾਂ ਤੇ ਗਰਮ ਤੇ ਪਹੁੰਚ ਚੁੱਕੇ ਹਾਂ ਹੈਨਾ ਕੀ ਇਹ ਜਿਹੜੇ ਸ਼ਬਦ ਸਾਡੇ ਤੋਂ ਅਲੋਪ ਹੋ ਗਏ ਨੇ ਮੈਂ ਖੁਦ ਨੇ ਇਸਤੇਮਾਲ ਕਰਦੀ ਮਨੋਦਾ ਕਈ ਵਾਰੀ ਮੈਂ ਵੀ ਗਰਮ ਹੀ ਕਹਿ ਦਿੰਨੀ ਆ ਤੱਤੇ ਦਾ ਅਸੀਂ ਇਸਮਾਰੇ ਨਹੀਂ ਕਰਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿ ਅਸੀਂ ਇਹ ਸ਼ਬਦ ਬਿਲਕੁਲ ਹੀ ਨਹੀਂ ਦੇਵਾਂਗੇ ਹੁਣ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ ਸੀ ਤੱਤੇ ਵਾਲੀ ਗੱਲ ਅਸੀਂ ਆਪਣੇ ਘਰ ਵਿੱਚ ਗਰਮ ਹੀ ਕਹਿੰਦੇ ਸੀ ਮੇਰੀ ਡਾਟਰ ਇਨ ਲਾ ਅਮਰੀਕਾ ਵਿੱਚ ਪੜ੍ਹੀ ਹੈ ਉਹ ਆਈ ਤਾਂ ਉਹਨੇ ਮੈਨੂੰ ਕਿਹਾ ਕਿ ਇਹ ਚਾ ਇਹ ਕਹਿੰਦੀ ਤੱਤੀ ਕਰ ਦੋ ਮੈਂ ਬੜੀ ਹੈਰਾਨ ਹੋਈ ਤਤਾ ਮੈਨੂੰ ਯਾਦ ਆਇਆ ਕਿ ਸ਼ੌਕ ਲਗਾ ਕਿ ਅਸੀਂ ਤਤਾ ਤੇ ਭੁੱਲੀ ਕਹਿਣਾ ਹੀ ਭੁੱਲ ਗਏ ਆ ਨਮਕ ਕਈ ਜਾਂਦੇ ਕਰ ਲੂਣ ਨਹੀਂ ਕਹਿੰਦੇ ਹੁਣ ਗੰਡੇ ਨੂੰ ਪਿਆਜ਼ ਕਹਿ ਰਹੇ ਆ ਮਤਲਬ ਜਿਹੜੇ オリジナル ਬੇਸ ਸ਼ਬਦ ਹੈ ਜਬ ਪੰਜਾਬੀ ਦੇ ਭੁੱਲ ਗਏ ਹੁਣ ਇਸ ਮਾਮਲੇ 'ਚ ਮੈਂ ਥੋੜਾ ਜਿਹਾ ਦੂਰਦਰਸ਼ਨ ਦੀ ਸਿਫਤ ਕਰਨਾ ਚਾਹੂੰਗੀ ਕਿ ਇਹ ਇੱਕ ਐਸਾ ਚੈਨਲ ਹੈ ਕਿ ਇਹ ਪੰਜਾਬੀ ਸਭਿਆਚਾਰ ਨੂੰ ਪੰਜਾਬੀ ਦੇ ਪੁਰਾਣੀਆਂ ਜੜੀਆਂ ਚੀਜ਼ਾਂ ਨਾਚ ਸੰਗੀਤ ਉਹਨੂੰ ਸਾਰਿਆਂ ਨੂੰ ਮੇਨਟੇਨ ਕਰ ਰਿਹਾ ਪ੍ਰਮੋਟ ਕਰ ਰਿਹਾ ਹੈ ਪਾਸ਼ਾ ਵੀ ਬਹੁਤ ਹੱਦ ਤੱਕ ਪੰਜਾਬੀ ਠੀਕ ਹੁੰਦੀ ਪਰ ਜਿਹੜੇ ਦੂਸਰੇ ਚੈਨਲ ਇੰਨੇ ਖੁੱਲੇ ਹੋਏ ਨੇ ਉਹਨਾਂ ਵਿੱਚ ਪੰਜਾਬੀ ਦਾ ਬਹੁਤ ਸਤਿਆਨਾਸ਼ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਪਾਸ਼ਾ ਇਹ ਸ਼ਬਦ ਹੀ ਬਦਲੇ ਜਾ ਰਹੇ ਆ ਮਤਲਬ ਕੁਝ ਦੀ ਕੁਝ ਲਿਖਿਆ ਜਾ ਰਿਹਾ ਹੈ ਅਨਪੜ੍ਹ ਬੰਦੇ ਸ਼ਾਇਦ ਉਹ ਪੜਨ ਤੇ ਉਹ ਸਮਝ ਨਾ ਸਕਣ ਪਰ ਤੇ ਉਹ ਵੀ ਉਹ ਹੀ ਬੋਲਣ ਲੱਗਣਗੇ ਮੈਨੂੰ ਇੱਥੇ ਨਾ ਮੈਂ ਇੱਕ ਕੀਜ਼ ਦਾ ਹੋਰ ਜ਼ਿਕਰ ਕਰਾਂਗੇ ਜਿਵੇਂ ਤੁਸੀਂ ਜ਼ਿਕਰ ਕੀਤਾ ਆਪਣੇ ਦੋਤਰੀ ਦਾ ਜਾਂ ਪੋਤਰੀ ਦਾ ਜੋ ਵੀ ਤੁਸੀਂ ਜ਼ਿਕਰ ਕਰਦੇ ਪਏ ਸੀ ਅ ਵਿਦੇਸ਼ ਦੇ ਵਿੱਚ ਰਹਿੰਦੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਨਾਲੋਂ ਜ਼ਿਆਦਾ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਂ ਪੰਜਾਬੀ ਸ਼ਬਦਾਂ ਨੂੰ ਲੈ ਕੇ ਉਹ ਜ਼ਿਆਦਾ ਸੋਹਰਦੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪਏ ਨੇ ਹਾਂ ਜਿਹੜੀ ਦੇਖੋ ਇੱਕ ਪੀੜ੍ਹੀ ਜਿਹੜੀ ਪੀੜ੍ਹੀ ਤਾਂ ਇੱਥੋਂ ਗਈ ਹੈ ਨਾ ਜੀ ਉਹਨੂੰ ਇੱਥੇ ਭਾਵੇਂ ਉਹ ਪੰਜਾਬੀ ਦਾ ਨਾ ਹੋਵੇ ਪਰ ਬਾਹਰ ਜਾ ਕੇ ਉਹਨਾਂ ਨੂੰ ਪੰਜਾਬੀ ਦਾ ਮੋਹ ਜਾਗ ਪੈਂਦਾ ਹੈ ਜੀ ਉਹ ਕਾਨਫਰੰਸਿਸ ਕਰਦੇ ਨੇ ਵੱਡੀਆਂ-ਵੱਡੀਆਂ ਜੀ ਉਹ ਪ੍ਰੋਗਰਾਮ ਕਰਦੇ ਨੇ ਮੈਂ ਟੋਰਾਂਟੋ ਵਿੱਚ ਵੇਖਿਆ ਐ ਇੰਨੇ ਪੰਜਾਬੀ ਪ੍ਰੋਗਰਾਮ ਹੁੰਦੇ ਆ ਕਿ ਮੈਂ ਕਈ ਵਾਰ ਉੱਥੇ ਜਾ ਕੇ ਆਸੇ ਚ ਕਹਿੰਨੀ ਆ ਕਿ ਜੇ ਮੇਰਾ ਬੇਟਾ ਅਮਰੀਕਾ ਨਹੀਂ ਤਾਂ ਕੈਨੇਡਾ ਰਹਿੰਦਾ ਹੁੰਦਾ ਤਾਂ ਮੈਂ ਤੇ ਇੱਥੇ ਆ ਜਾਣਾ ਸੀ ਹੁਣ ਅਮਰੀਕਾ ਵਿੱਚ ਵੀ ਜਾਂਦੇ ਆ ਲੇਖਕ ਨੇ ਪਰ ਉੱਥੇ ਵੱਡਾ ਉਹਦੇ ਦੂਰ-ਦੂਰ ਨੇ ਉੱਥੇ ਵੀ ਕਰਦੇ ਨੇ ਪਰ ਜਿਹੜੇ ਜਨਰੇਸ਼ਨ ਇਧਰੋਂ ਗਈ ਜਿਹੜੀ ਪੀੜ੍ਹੀ ਗਈ ਹੈ ਜੀ ਉਹਨਾਂ ਨੂੰ ਪੰਜਾਬੀ ਨਾਲ ਮੋਹ ਹੈ ਉਹ ਪੰਜਾਬੀ ਵਿੱਚ ਲਿਖ ਵੀ ਰਹੇ ਨੇ ਉਹਦੇ ਬਾਰੇ ਚਰਚੇ ਵੀ ਕਰਦੇ ਨੇ ਪ੍ਰੋਗਰਾਮ ਵੀ ਕਰਦੇ ਨੇ ਪਰ ਅਗਲੀ ਪੀੜ੍ਹੀ ਨੇ ਕਿਉਂਕਿ ਜਿਹੜੇ ਦੇਸ਼ ਚਲੀ ਗਈ ਉਹਨਾਂ ਨੇ ਉੱਥੇ ਐਡਜਸਟ ਹੋਣਾ ਉੱਥੇ ਐਬਜ਼ਾਰਬ ਹੋਣਾ ਉਸ ਸਭਿਆਚਾਰ ਵਿੱਚ ਉਹਨਾਂ ਨੇ ਉਹਨਾਂ ਨੇ ਕੁਦਰਤੀ ਗੱਲ ਹੈ ਕਿ ਉਸ ਭਾਸ਼ਾ ਨੂੰ ਹੀ ਸਿੱਖਣਾ ਤੇ ਬੋਲਣਾ ਹੈ ਜੀ ਹੁਣ ਜਿਵੇਂ ਮੇਰੇ ਬੇਟੇ ਦੇ ਬੇਟੇ ਨੇ ਛੋਟੇ ਦੋ ਤਾਂ ਉਹਨਾਂ ਨੂੰ ਕੋਸ਼ਿਸ਼ ਬੇਟੀ ਵੱਡੀ ਆ ਉਹ ਪੰਜਾਬੀ ਬੋਲਦੀ ਆ ਬੇਟੇ ਨੇ ਉਹ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਆਪਣੇਹਾਣੀਆਂ ਨਾਲ ਉਹਨਾਂ ਨੂੰ ਇੰਗਲਿਸ਼ ਬੋਲਣੀ ਆ ਉਹਨਾਂ ਟੀਵੀ ਦੇ ਵੇਖਣਾ ਇੰਗਲਿਸ਼ ਵੇਖਣਾ ਕਿਤਾਬਾਂ ਇੰਗਲਿਸ਼ ਉਹੀ ਪੜ੍ਹਨੀ ਆ ਸਾਰਾ ਕੁਝ ਤਾਂ ਉਹਨਾਂ ਨੂੰ ਜਿਹੜੀ ਪੰਜਾਬੀ ਸਿਖਾਉਣੀ ਆ ਉਸ ਤਰੀਕੇ ਨਾਲ ਬੜੀ ਮੁਸ਼ਕਲ ਹੈ ਇਸ ਕਰਕੇ ਅਗਲੀ ਜਨਰੇਸ਼ਨ ਜਿਹੜੀ ਆ ਨਾ ਜੀ ਉਥੋਂ ਤੱਕ ਭਾਸ਼ਾ ਦੀ ਅਸੀਂ ਕਹਿ ਰਹੀਏ ਵੀ ਜਿਹੜੀ ਲਗਾਤਾਰਤਾ ਨਿਰੰਤਰਤਾ ਉਹ ਮੁਸ਼ਕਲ ਹੈ ਬਿਲਕੁਲ ਇਹਦੇ ਲਈ ਅਸੀਂ ਅਭੀ ਕਹਿ ਸਕਦੇ ਹਾਂ ਕਿ ਮੈਂ ਕਈ ਵਾਰ ਉੱਥੇ ਕਹਿੰਨੀ ਹੁੰਦੀ ਆ ਕਿ ਬਾਹਰ ਜਾਣੀਆਂ ਕਿ ਪ੍ਰਵਾਸ جاری ਰਹੇ ਬਿਲਕੁਲ ਪਰਵਾਸ ਜਾਰੀ ਰਹੇਗਾ ਤਾਂ ਸਾਡੀ ਪੰਜਾਬੀ ਪੰਜਾਬੀ ਲੋਕ ਬਾਹਰ ਜਾਂਦੇ ਰਹਿਣਗੇ ਉਹ ਪੰਜਾਬੀ ਦਾ ਮੂਹ ਰੱਖਦੇ ਰਹਿਣਗੇ ਪੰਜਾਬੀ ਭਰੇ ਗੱਲ ਕਰਦੇ ਰਹਿਣਗੇ ਤੇ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਉੱਥੇ ਵੀ ਪੰਜਾਬੀ ਜੀਉਣ ਦੀ ਰਹੀ ਇਹ ਵੱਕਰੀ ਗੱਲ ਹੈ ਕਿ ਜਿਹੜੀ ਉਹ ਭਾਸ਼ਾ ਲੈ ਕੇ ਜਾਂਦੇ ਉੱਥੇ ਉਹ ਬੋਲਦੇ ਨੇ ਪਰ ਜਿਸ ਤਰੀਕੇ ਨਾਲ ਹੋਣੇ ਕਿ ਇਹ ਵੀ ਫਿਕਰ ਹੈ ਕਿ ਜਿਸ ਤਰੀਕੇ ਨਾਲ ਇੰਟਰਨੈਟ ਫੈਲ ਰਿਹਾ ਹੈ ਤੇ ਸਾਰਾ ਕੁਝ ਇਕਸਾਰ ਹੋ ਰਿਹਾ ਹੈ ਹਰ ਇੱਕ ਜਗ੍ਹਾ ਤੇ ਭਾਸ਼ਾ ਬਦਲ ਸਕਦੀ ਹੈ ਬਿਲਕੁਲ ਜੇਕਰ ਹਾਂ ਪੱਖੀ ਸਾਰਾ ਸਰੀ ਤਬਦੀਲੀ ਹੈ ਤਾਂ ਬਹੁਤ ਚੰਗਾ ਹੈ ਜੀ ਪਰ ਅਸੀਂ ਇਹ ਫਿਕਰ ਕਰਨਾ ਹੈ ਪੰਜਾਬੀ ਵਾਲਿਆਂ ਨੇ ਕਿ ਇਸ ਨੂੰ ਇਸ ਤਰੀਕੇ ਨਾਲ ਚਲਾ ਜਾਏ ਕਿ ਸਾਰਾ ਰੂਪ ਹੀ ਬਦਲ ਜਾਏ ਕਿ ਇੰਨੀ ਤੇ ਅੱਗੇ ਜਿੱਥੇ ਹਜ਼ਾਰਾਂ ਸਾਲਾਂ ਚ ਰੂਪ ਬਦਲਦਾ ਸੀ ਹੁਣ ਉਹ ਮਤਲਬ ਕੁਝ ਦਹਾਕਿਆਂ ਵਿੱਚ ਹੀ ਰੂਪ ਪੰਜਾਬੀ ਦਾ ਬਦਲਣ ਲੱਗ ਪਿਆ ਹੈ ਉਸ ਲਈ ਪੰਜਾਬੀਆਂ ਨੂੰ ਜ਼ਿਆਦਾ ਥੋੜੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ ਚਾਹੇ ਇੱਥੇ ਕਿਸੇ ਲੋਕਾਂ ਦਾ ਆਣਾ ਚਾਹੇ ਇੱਥੋਂ ਵਿਦੇਸ਼ਾਂ ਦੇ ਵਿੱਚ ਜਾਣਾ ਦੋਨੋਂ ਨੈਗੇਟਿਵ ਤੇ ਪੋਜ਼ਿਟਿਵ ਯਾਨੀ ਕਿ ਹਾਂ ਪੱਖੀ ਤੇ ਨਾ ਪੱਖੀ ਦੋਨੋਂ ਪੱਖ ਅਸੀਂ ਲੈ ਸਕਦੇ ਆ ਕਿ ਲੋਕ ਸਾਡੀ ਭਾਸ਼ਾ ਨੂੰ ਲੈ ਕੇ ਦੂਰ ਦੂਰ ਤੱਕ ਫੈਲਾ ਰਹੇ ਬਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਂਦੇ ਪਏ ਨੇ ਤੇ ਦੂਜੇ ਪਾਸੇ ਸਾਡੀ ਭਾਸ਼ਾ ਦੇ ਵਿੱਚ ਦੂਜੇ ਸ਼ਬਦਾਂ ਦਾ ਆਉਣਾ ਸਾਡੇ ਵਾਸਤੇ ਕਿਤੇ ਨਾ ਕਿਤੇ ਇੱਕ ਘਾਟ ਦੀ ਕਮੀ ਮਹਿਸੂਸ ਕਰ ਸਕਦੇ ਆ ਕਿ ਦੋਨੋਂ ਪੱਖ ਚੱਲ ਸਕਦੇ ਨੇ ਸਾਡੇ ਨਾਲ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਵੇਂ ਮੈਂ ਗੱਲ ਕੀਤੀ ਕਿ ਜੀਉਂਦੀ ਭਾਸ਼ਾ ਦੇ ਵਿੱਚ ਲੈਣ ਦੇਣ ਹੁੰਦਾ ਹੈ ਜੀ ਉਪਾਸ਼ਾ ਵਿੱਚ ਨਵੇਂ ਸ਼ਬਦ ਆਉਂਦੇ ਵੀ ਰਹਿੰਦੇ ਜਿਵੇਂ ਹਮੇਸ਼ਾ ਆਉਂਦੇ ਰਹੇ ਨੇ ਤੇ ਆਉਂਦੇ ਵੀ ਰਹਿੰਦੇ ਆ ਪਰ ਵਰਤਾਰਾ ਇਹ ਹੈ ਕਿ ਅਸੀਂ ਆਪ ਜੇ ਕੌਨਸ਼ੀਅਸ ਨਾ ਰਹੇ ਜੇਕਰ ਅਸੀਂ ਆਪਣੇ ਅਗਲੀ ਪੀੜ੍ਹੀ ਦੇ ਨਾਲ ਹੀ ਹੁਣ ਜਿਵੇਂ ਸਕੂਲਾਂ ਵਾਲੇ ਕੰਪੈਲ ਕਰਦੇ ਨੇ ਪੇਰੈਂਟਸ ਨੂੰ ਕਿ ਬੱਚਿਆਂ ਨਾਲ ਤੁਸੀਂ ਘਰ ਵਿੱਚ ਪੰਜਾਬੀ ਨਹੀਂ ਬੋਲਣੀ ਤੁਸੀਂ ਹਿੰਦੀ ਬੋਲੋ ਜਾਂ ਇੰਗਲਿਸ਼ ਬੋਲੋ ਤਾਂ ਜਦੋਂ ਉਹ ਹੀ ਬੋਲਣਗੇ ਪੰਜਾਬ ਵਿੱਚ ਰਹਿੰਦੀਆਂ ਤਾਂ ਪੰਜਾਬੀ ਕੌਣ ਬੋਲੇਗਾ ਇਹਦੇ ਨਾਲ ਇੱਕ ਚੀਜ਼ ਹੋਰ ਮੈਮ ਮੀਡੀਆ ਦਾ ਅਸਰ ਕਿੰਨਾ ਕੁ ਜ਼ਿਆਦਾ ਸਾਡੀ ਭਾਸ਼ਾ ਦੇ ਉੱਤੇ ਮੀਡੀਆ ਦਾ ਤਾਂ ਬਹੁਤ ਜ਼ਿਆਦਾ ਅਸਰ ਹੈ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਕੁਝ ਇਹੋ ਜਿਹੇ ਸ਼ਬਦ ਜਿਹੜੇ ਕਈ ਚੈਨਲ ਨੇ ਪ੍ਰਾਈਵੇਟ ਚੈਨਲ ਅੱਜਕੱਲ੍ਹ ਤੇ ਤੁਹਾਨੂੰ ਪਤਾ ਭੀੜ ਹੈ ਉਹ ਉਹਨਾਂ ਦੇ ਕੋਲ ਪੰਜਾਬੀ ਵਾਲੇ ਚੰਗੇ ਉਹੋ ਜਿਹੇ ਸਿਆਣੇ ਹੁੰਦੇ ਨੇ ਐਂਕਰ ਜਾਂ ਲੇਖਕ ਜਿਹੜੇ ਸਹੀ ਸ਼ਬਦ ਦਾ ਇਸਤੇਮਾਲ ਜਿਨਾਂ ਨੂੰ ਪਤਾ ਹੋਵੇ ਕਿਵੇਂ ਕਰਨਾ ਫਿਰ ਉਹ ਜਿਹੜੇ ਉਹਨਾਂ ਨੂੰ ਸ਼ਬਦ ਪਤਾ ਹੈ ਮੈਂ ਇੱਕ ਵਾਰ ਇੱਕ ਟੀਵੀ ਨਹੀਂ ਉਸਤੇ ਨਾ ਤਾਂ ਨਹੀਂ ਲੰਗੇ ਡਾਇਰੈਕਟਰ ਨਾਲ ਗੱਲ ਹੋਈ ਸੀ ਇੱਕ ਪ੍ਰੋਗਰਾਮ ਤੇ ਮਿਲੇ ਮੈਂ ਕਿਹਾ ਬਈ ਬਹੁਤ ਗਲਤ ਹੁੰਦੀ ਹੈ ਪੰਜਾਬੀ ਸ਼ਬਦ ਉਹ ਕਹਿੰਦੇ ਸਾਡੇ ਉਥੇ ਦਿੱਲੀ ਦੇ ਵਿੱਚ ਹੁੰਦਾ ਨਾ ਤਾਂ ਲੋਕ ਹੀ ਮਿਲਦੇ ਨਹੀਂ ਮਤਲਬ ਇੱਕ ਇਹ ਅਸਰ ਤਾਂ ਇਹ ਹੈ ਕਿ ਜਿੱਥੇ ਲੋਕ ਜਾਂਦੇ ਨੇ ਉਸ ਤੋਂ ਦੀ ਭਾਸ਼ਾ ਦਾ ਮਿਸ਼ਰਣ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਉਹ ਮਿਸ਼ਰਣ ਜਿਹੜਾ ਉਹ ਸਾਰੇ ਦੇ ਸਾਰੇ ਫੈਲ ਰਿਹਾ ਹੈ। ਮਤਲਬ ਕਿਤੇ ਇਹ ਨਾ ਹੋਵੇ ਕਿ ਇਹ ਮਿਸ਼ਰਣ ਜਿਹੜਾ ਆ ਇਹ ਐਸਾ ਰੂਪ ਲਿਆ ਜਾਵੇ ਕਿ ਅਸੀਂ ਵੀ 20 ਸਾਲਾਂ ਨੂੰ ਪਾਸ਼ਾ ਨਾਲ ਆਪਣੇ ਬੱਚਿਆਂ ਦੀ ਸਮਝ ਸਕੀਏ। ਆ ਜਾਣਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਖਾਸ ਤੌਰ ਤੇ ਸਾਡੀਆਂ ਮਾਵਾਂ ਨੂੰ ਕੀ ਕਹੋਗੇ ਪਾਸ਼ਾ ਨੂੰ ਲੈ ਕੇ? ਮੈਂ ਮਾਵਾਂ ਨੂੰ ਇਸ ਬਾਰੇ ਬਹੁਤ ਸੰਜੀਦਾ ਅਤੇ ਫਿਕਰਮੰਦ ਵੀ ਹਾਂ, ਪਾਬਕ ਵੀ ਹਾਂ। ਕਿ ਮਾਵਾਂ ਜੇਕਰ ਇਹ ਮਹਿਸੂਸ ਨਹੀਂ ਕਰਨੀਆਂ ਉਹ ਆਵਾਰ ਮਾਂ ਦੇ ਜਿਹੜੀ ਮੈਂ ਉਦਾਹਰਨ ਦਿੱਤੀ ਹੈ ਉਹੀ ਤਰ੍ਹਾਂ ਜਿਹੜੀ ਚਾਹੁੰਦੀ ਕਿ ਮੇਰਾ ਬੱਚਾ ਮਾਸਕੋ ਵੀ ਚਲਾ ਗਿਆ ਵਡਾ ਲੇਕਰ ਕੋਈ ਬਣ ਗਿਆ ਤੇ ਉਹ ਆਪਣੀ ਭਾਸ਼ਾ ਚ ਨਹੀਂ ਗੱਲ ਕਰ ਆਪਣੇ ਪਿੰਡ ਦੇ ਬੰਦੇ ਨਾਲ ਆਪਣੀ ਭਾਸ਼ਾ ਚ ਨਹੀਂ ਗੱਲ ਕਰ ਰਿਹਾ ਜੀ ਉਥੋਂ ਦੀ ਭਾਸ਼ਾ ਨਾਲ ਗੱਲ ਕਰ ਰਿਹਾ ਹੈ ਇਹ ਦੁੱਖ ਸਾਡੀਆਂ ਮਾਵਾਂ ਮਹਿਸੂਸ ਕਰਨ ਉਹਨਾਂ ਨੂੰ ਕਰਨਾ ਪੈਂਦਾ ਹੈ ਤਾਂ ਕਿ ਆਪਣੀ ਪੰਜਾਬੀ ਜਿਹੜੀ ਭਾਸ਼ਾ ਦੀ ਵੀ ਜੰਮੇ ਪਲੇ ਸਾਡੇ ਖੂਨ ਵਿੱਚ ਰਚੀ ਹੋਈ ਹੈ ਜੀ ਜਿਹਦੇ ਵਿੱਚ ਅਸੀਂ ਖਾਂਦੇ ਪੀਂਦੇ ਮਹਿਸੂਸ ਕਰਦੇ ਹਾਂ ਸੁਪਨਿਆਂ ਵਿੱਚ ਵੀ ਅਸੀਂ ਦੁੱਖ ਖੁਸ਼ ਜਾ ਦੁਖੀ ਉਹਦੇ ਚ ਹੁੰਨੇ ਆ ਅਸੀਂ ਗਾਣੇ ਜਿਹਦੇ ਗੀਤ ਜਿਹੜੇ ਇੰਜੋਏ ਕਰਦੇ ਆ ਅਸੀਂ ਬੜੇ ਖੁਸ਼ੀ ਨਾਲ ਸਾਡੇ ਜਿਹੜੇ ਪੰਜਾਬੀ ਗੀਤ ਸਾਰੀ ਦੁਨੀਆ ਚ ਵਜਦੇ ਨੇ ਸੋਚਦੇ ਵੀ ਆ ਅਸੀਂ ਪੰਜਾਬੀ ਚ ਹਾਂ ਬੜੇ ਖੁਸ਼ ਹੋ ਜਾਂਦੇ ਇਹਨਾਂ ਗੱਲਾਂ ਨਾਲ ਪਰ ਅਸੀਂ ਇਹਨਾਂ ਅਸੀਂ ਇਹਨਾਂ ਚੀਜ਼ਾਂ ਨੂੰ ਸਿਰਫ ਇੱਕ ਸ਼ੀਲਡ ਦੀ ਤਰ੍ਹਾਂ ਲੈਂਦੇ ਆ ਹੂੰ ਅਸੀਂ ਇਹਦੇ ਬਾਰੇ ਸੰਜੀਦਾ ਨਹੀਂ ਹਾਂ ਜੀ ਅਸੀਂ ਸੰਜੀਦਾ ਹੋਈਏ ਮਾਵਾਂ ਖਾਸ ਕਰਕੇ ਸੰਜੀਦਾ ਹੋਣ ਤਾਂ ਕਿ ਸਰਟੀਫਾਇਆ ਨੁਕਸਾਨ ਜਿੰਨਾ ਕਿ ਬਚਾ ਸਕਦੇ ਹਾਂ ਉਹਨੂੰ ਹੁਣ ਤੋਂ ਬਚਾ ਸਕੀ ਜੀ ਬਿਲਕੁਲ ਜੀ ਕਹਿੰਦੇ ਨੇ ਕਿ ਮਾਂ ਬੋਲੀ ਜੇ ਭੁੱਲ ਜਾਵੋਗੇ ਤੇ ਇੱਕ ਅੱਖਾਂ ਵਾਂਗੂੰ ਰੁੱਲ ਜਾਵੋਗੇ ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਆਪਣੀ ਇਸ ਮਾਂ ਬੋਲੀ ਨੂੰ ਜਿਹੜਾ ਵਾ ਉਹ ਸੰਭ ਕੇ ਰੱਖਿਆ ਜਾਵੇ ਤੇ ਵਿਸ਼ੇਸ਼ ਤੌਰ ਦੇ ਉੱਤੇ ਜਿੱਥੇ ਵੀ ਜਾਵੇ ਪੰਜਾਬੀ ਉੱਤੇ ਹੀ ਆਪਣਾ ਨਵਾਂ ਪੰਜਾਬ ਬਸਾਵੇ ਤੇ ਆਪਣੀ ਪੰਜਾਬੀ ਭਾਸ਼ਾ ਨੂੰ ਨਾਲ ਲੈ ਕੇ ਜਾਵੇ ਤੁਹਾਡਾ ਬਹੁਤ ਵਧੀਆ ਲੱਗਾ ਮੈਮ ਤੁਹਾਡਾ ਨਾਲ ਗੱਲਬਾਤ ਕਰਕੇ ਸਟੂਡੀਓ ਵਿੱਚ ਆਉਣ ਲਈ ਔਰ ਇਹ ਇੰਨੀ ਜਾਣਕਾਰੀ ਸਾdna ਸਾਂਝੀ ਕਰਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਸ਼ੁਕਰੀਆ ਦੂਰਦਰਸ਼ਨ ਦਾ ਸ਼ੁਕਰੀਆ ਸਾਰੇ ਪਾਟਕਾਂ ਤੇ ਦਰਸ਼ਕਾਂ ਦਾ ਸ਼ੁਕਰੀਆ